ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਗੱਲ ਕਰਾਂ ਕਿ ਲੋਕਤੰਤਰ ਦੇ ਵਿੱਚ ਪੀੜ ਤੰਤਰ ਹੈ ਜਿਹੜੀ, ਉਹ ਕਿਉਂ ਪਰੇਸ਼ਾਨ ਕਰ ਰਹੀ ਹੈ, ਪਰੇਸ਼ਾਨ ਕਰ ਰਹੀ ਹੈ ਜਾਂ ਪਰੇਸ਼ਾਨ ਕਰਵਾਇਆ ਜਾ ਰਿਹਾ। ਇਹ ਬਹੁਤ ਅਹਿਮ ਸਵਾਲ ਹੈ ਕਿ ਆ ਸਵਾਲ ਇਹ ਹੈਗਾ ਕਿ ਪੀੜ ਤੰਤਰ ਲੋਕਤੰਤਰ ਨੂੰ ਕਿਸ ਤਰੀਕੇ ਨਾਲ ਪਿੱਛੇ ਤੱਕ ਰਹੀ ਹੈਗੀ ਹੈ। ਸਵਾਲ ਇਹ ਜ਼ਿਆਦਾ ਹੈਗਾ ਪਰ ਇਸ ਦੇ ਵਿੱਚ ਜ਼ਿੰਮੇਵਾਰ ਕੌਣ ਹੈਗਾ, ਇਕੱਲੀ ਸਿਆਸਤ ਜਾਂ ਉਹ ਸਿਸਟਮ ਜਿਸ ਦੇ ਵਿੱਚ ਨਿਆਂ ਵਿਵਸਥਾ ਵਿੱਚ ਦੇਰੀ ਹੁੰਦੀ ਹੈ, ਜਿੱਥੇ ਆਰਥਿਕ ਅਸਾਵਾਂਪਣ ਹੈ, ਕੀ ਉਹ ਸਿਸਟਮ ਤਾਂ ਜ਼ਿੰਮੇਵਾਰ ਹੈਗਾ ਜਾਂ ਇਹ ਸਾਰੀ ਸਿਆਸਤ ਹੈ ਜਿਹੜੀ ਉਹ ਸਿਆਸਤ ਹੱਥੋਂ ਹੀ ਬੇਵਸ ਹੋ ਗਈ ਹੈ। ਅਤੇ ਸਾਡਾ ਸਵਾਲ ਇੱਕੋ ਹੀ ਹੈ, ਕਾਤਲਾਂ ਦੀ ਭੀੜ ਦਾ ਆਗੂ ਕੌਣ ਹੈ? ਲੋਕਤੰਤਰ 'ਚ ਭੀੜ ਤੰਤਰ, ਅੱਜ ਬਹਿਸ ਕਿਉਂ ਕਰ ਰਹੇ ਹਾਂ? ਬਹਿਸ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਾਂ। ਪਿਛਲੇ ਕੁਝ ਵਕਫੇ ਵਿੱਚ ਭੀੜ ਵੱਲੋਂ ਕਤਲ ਕੀਤੇ ਜਾਂਦੇ ਮਾਮਲੇ ਦੀ ਗਿਣਤੀ 'ਚ ਇਜ਼ਾਫਾ ਹੋਇਆ। ਚੋਰੀ, ਗੋਕਸ਼ੀ ਜਾਂ ਪਸ਼ੂ ਤਸਕਰੀ ਦੇ ਇਲਜ਼ਾਮ ਲਗਾ ਕੇ ਭੀੜ ਨੇ ਲੋਕਾਂ ਨੂੰ ਕੁੱਟ-ਕੁੱਟ ਕੇ ਕਤਲ ਕੀਤਾ। ਸੁਪਰੀਮ ਕੋਰਟ ਇਸ ਮਾਮਲੇ 'ਚ ਟਿੱਪਣੀ ਕਰਦਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਕਾਨੂੰਨ ਬਣਾਓ। ਭੀੜ ਤੰਤਰ ਦੇ ਖੌਫਨਾਕ ਕਾਰਨ ਨੂੰ ਦੇਸ਼ ਦੇ ਕਾਨੂੰਨ 'ਤੇ ਹਾਫੀ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਵਿੱਚ ਸਿਆਸਤ ਕੁਝ ਇਹ ਵੀ ਕਹਿੰਦੀ ਹੈਗੀ ਕਿ ਕਾਨੂੰਨ ਕਿਵੇਂ ਬਣਾਇਆ ਜਾ ਸਕਦਾ, ਪਰ ਇਹ ਕਾਨੂੰਨ ਕਿਵੇਂ ਬਣਾਇਆ ਜਾਊਗਾ ਜਾਂ ਨਹੀਂ ਬਣਾਇਆ ਜਾਊਗਾ ਸਵਾਲ ਇਹ ਵੱਖਰਾ ਹੈਗਾ। ਸੰਸਦ ਦੇ ਮਾਨਸੂਨ ਇਜਲਾਸ ਵਿੱਚ ਵਿਰੋਧੀ ਧਿਰਾਂ ਨੇ ਮੁੱਦਾ ਚੁੱਕਿਆ। ਕੇਂਦਰੀ ਗ੍ਰਹਿ ਮੰਤਰੀ ਨੇ ਜਵਾਬ ਦਿੱਤਾ ਮੌਬ ਲਿੰਚਿੰਗ ਦੇ ਮਾਮਲਿਆਂ ਨਾਲ ਨਜਿੱਠਣਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਇਹ ਪਹਿਲਾਂ ਵਾਂਗ ਫਿਰ ਦੁਬਾਰਾ ਕਹਿ ਦਿੱਤਾ ਗਿਆ। ਅਤੇ ਇਸ ਪੂਰੇ ਮਾਮਲੇ 'ਤੇ ਸਿਆਸਤ ਕਹਿੰਦੀ ਕੀ ਹੈ, ਪਹਿਲਾਂ ਉਹ ਸੁਣ ਲਈਏ। इस प्रकार की मॉब लिंचिंग की जो घटनाएं होती हैं अध्यक्ष महोदय, अफवाहों के आधार पर होती हैं, संदेह पर के आधार पर होती हैं, अनवेरीफाइड जो फेक न्यूज़ होती हैं उनके कारण भी इस प्रकार की घटनाएं होती हैं। लेकिन राज्य सरकारों की यह जिम्मेदारी बनती है कि राज्य सरकार इस प्रकार की जो भी घटनाएँ होती हैं उस पर जो है प्रभावी वह कार्रवाई करें। लगातार जब इस प्रकार की घटनाएँ हो रही थी तो तुरंत हमारी होम मिनिस्ट्री के द्वारा एक बार नहीं दो बार, एक बार तो 2016 में भी एडवाइजरी जारी की गई और फिर 2018 में जुलाई के फर्स्ट वीक में भी हम लोगों ने एडवाइजरी जारी की है। बिल्कुल खुश नहीं थे राजनाथ सिंह जी के स्टेटमेंट, होम मिनिस्टर बार बार, ये कोई पिंग पोंग का खेल नहीं है कि आप स्टेट्स को बॉल दे दें और स्टेट्स आपको वापस दे दें। प्रधानमंत्री को और केंद्र सरकार को एक जिम्मेदारी है देश के जो भी ऐसे जब भी ऐसे इंसिडेंट्स हो गए कि इसको रुकने के लिए और इसके खिलाफ बोलने के लिए, यही हम चाहते हैं। वी वर वेरी डिसअपॉइंटेड विद श्री राजनाथ सिंह स्टेटमेंट इन द पार्लियामेंट एंड दैट्स व्हाई द कांग्रेस पार्टी वॉकड आउट ऑफ द हाउस एंड द रीजन इज वेरी सिंपल फॉर मेनी ईयर्स नाउ एंड फॉर टू लॉन्ग। ਕਾਂਗਰਸ ਇਸ ਮਾਮਲੇ 'ਤੇ ਵਾਕਆਊਟ ਕਰ ਜਾਂਦੀ ਹੈਗੀ ਹੈ, ਪਰ ਕਾਂਗਰਸ ਦੇ ਆਪਦੇ ਸਮੇਂ ਦੌਰਾਨ ਕੀ ਹੋਇਆ ਇਹ ਵੱਖਰਾ ਸਵਾਲ ਹੈਗਾ, ਵੀ ਪੁੱਛਾਂਗੇ। ਪਰ ਇਸ ਬਹਿਸ ਦੇ ਵਿੱਚ ਸਵਾਲ ਇੱਕੋ ਹੀ ਪੁੱਛਾਂਗੇ, ਸਵਾਲ ਇਹ ਪੁੱਛਿਆ ਜਾਵੇਗਾ ਕਿ ਭੀੜ ਵੱਲੋਂ ਕਤਲ ਕਰਨ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਤੰਤਰ ਨੂੰ ਕੀ ਚੁਣੌਤੀ ਦਿੱਤੀ ਹੈ? ਇਸੇ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਪ੍ਰੋਫੈਸਰ ਰੌਣਕੀ ਨਾਮ, ਪੋਲੀਟੀਕਲ ਐਨਾਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਰੌਣਕੀ ਨਾਮ ਸਰ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਸਮਾਜ ਸ਼ਾਸਤਰੀ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦਰ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਤੋਂ ਹੈ, ਤਾਰਨ ਸੰਧੂ ਕਾਂਗਰਸ ਤੋਂ ਹੈ, ਕਮਲਜੀਤ ਸਿੰਘ CPI MLA ਲਿਬਰੇਸ਼ਨ ਤੋਂ ਹੈ। ਕਮਲਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ, ਤਾਰਨ ਸੰਧੂ ਤੁਹਾਡਾ ਬਹੁਤ ਸਵਾਗਤ ਹੈ, ਮਾਲਵਿੰਦਰ ਕੰਗ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦਰ ਕੰਗ ਸਵਾਗਤ ਤੁਹਾਡਾ, ਅਸੀਂ ਬਹੁਤ ਵਾਰ ਕਰਦੇ ਹਾਂ ਪਰ ਇਹ ਸਵਾਗਤ ਯੋਗ ਖਬਰ ਨਹੀਂ ਹੈਗੀ ਜਿਹੜੀ ਵਾਰ ਵਾਰ ਆ ਰਹੀ ਹੈ। ਕਾਤਲਾਂ ਦੀ ਭੀੜ ਦਾ ਆਗੂ ਕੌਣ ਹੈ ਤੁਹਾਨੂੰ ਪਤਾ ਹੀ ਨਹੀਂ, ਮਾਮਲੇ ਕਿੰਨੇ ਸਾਹਮਣੇ ਆਏ ਆ, ਸਾਰਾ ਕੁਝ ਸੂਬਾ ਸਰਕਾਰ ਨੂੰ ਸਿੱਟ ਦਿਓ ਅਤੇ ਆਪ ਪਾਸੇ ਹੋ ਜਾਓ ਬਸ। ਨਹੀਂ ਇਸ ਤਰ੍ਹਾਂ ਨਹੀਂ ਹੈ, ਪਹਿਲੀ ਗੱਲ ਤਾਂ KP ਜੀ ਬੜਾ ਅਨਫੋਰਚੁਨੇਟ, ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਹੈ, ਹਾਈਲੀ ਕੰਡੈਮੇਬਲ। ਔਰ ਇਹ ਜਿਹੜੀਆਂ ਘਟਨਾਵਾਂ ਹੈ ਇਹ ਜਿਸ ਤਰੀਕੇ ਨਾਲ ਕ੍ਰਾਈਮ ਨੂੰ ਆਪਣੇ ਹੱਥ 'ਚ ਲੈ ਕੇ ਭੀੜ ਇਹੋ ਜਿਹੀ ਅੰਜਾਮ ਦੇ ਰਹੀ, ਇਹਨੂੰ ਬਿਲਕੁਲ ਬਖਸ਼ਣ ਦੀ ਲੋੜ ਨਹੀਂ ਹੈ ਔਰ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਲੇਕਿਨ ਜੇ ਤੁਸੀਂ ਕਹੋ ਵੀ ਇਹ ਹੁਣ ਹੀ ਇੱਕਦਮ ਇਹਦੇ 'ਚ ਵਾਧਾ ਹੋ ਗਿਆ ਜਾਂ ਪਿਛਲੇ ਕੁਛ ਸਮੇਂ ਤੋਂ ਹੀ ਹੋਣ ਲੱਗ ਗਿਆ, ਐਸੀ ਗੱਲ ਨਹੀਂ ਗੀ, ਇਹਦਾ ਇਤਿਹਾਸ ਬੜਾ ਲੰਬਾ ਹੈ। ਜੇ ਮੈਂ ਤੁਹਾਨੂੰ ਦੋ ਤਿੰਨ ਉਸ ਇਤਿਹਾਸ ਨੂੰ ਤੁਸੀਂ ਵੀ ਦੁਹਰਾਓਗੇ, ਤੁਸੀਂ ਇਤਿਹਾਸ ਬਦਲਣਾ ਨਹੀਂ ਕਹਿ ਰਿਹਾ, ਤੁਸੀਂ ਕਿਹਾ ਸੀ ਅਸੀਂ ਸਾਰਾ ਕੁਝ ਬਦਲ ਦਵਾਂਗੇ, ਸਾਡੀ ਸਰਕਾਰ ਆ ਗਈ ਹੈ। ਉਹ ਕੀ ਰਿਹਾ ਹੈ, ਸੋਸ਼ਲ ਮੀਡੀਆ ਦੇ ਯੁੱਗ 'ਚ ਅਫਵਾਹਾਂ ਵੀ ਬੜੀਆਂ ਫੈਲਦੀਆਂ, ਜਿਸ ਤਰ੍ਹਾਂ ਰਾਜਨਾਥ ਸਿੰਘ ਜੀ ਨੇ ਲੋਕ ਸਭਾ 'ਚ ਵੀ ਸਟੇਟਮੈਂਟ ਦਿੱਤੀ। ਹੁਣ ਹੋ ਇਹ ਰਿਹਾ ਹੈ ਵੀ ਕੁਛ ਘਟਨਾਵਾਂ ਉੱਭਰ ਕੇ ਸਾਹਮਣੇ ਆ ਜਾਂਦੀਆਂ, ਅਫਵਾਹਾਂ ਦੇ ਆਧਾਰ 'ਤੇ, ਸ਼ੱਕ ਦੇ ਆਧਾਰ 'ਤੇ ਇਹ ਇਹੋ ਜਿਹੀਆਂ ਘਟਨਾਵਾਂ। ਔਰ ਜਿੱਥੋਂ ਤੱਕ ਇਹ ਸਾਰੀ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਟੇਟਾਂ ਦੀ ਵੀ ਲਾਅ ਐਂਡ ਆਰਡਰ ਨੂੰ ਰੱਖਣਾ, ਕਾਇਮ ਰੱਖਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਭਾਰਤੀ ਜਨਤਾ ਪਾਰਟੀ ਨਾਕਾਮੀ ਹੈ ਨਾ, ਹੈ ਭਾਰਤੀ ਜਨਤਾ ਪਾਰਟੀ ਸਰਕਾਰ ਆ ਕਿੰਨੇ ਸੂਬੇ 'ਚ? ਨਹੀਂ ਮੈਂ ਮਾਲਵਿੰਦਰ ਸਿੰਘ ਕੰਗ ਸਾਹਿਬ ਦੇਖੋ ਕਿੰਨਿਆਂ ਸੂਬਿਆਂ ਦੇ ਵਿੱਚ ਪਾਰਟੀ, ਮੇਰੀ ਗੱਲ ਸੁਣੋ, KP ਸਾਹਿਬ 2012-16 ਇੰਸੀਡੈਂਟ ਹੋਏ ਜਿਹਦੇ 'ਚ 25 ਡੈਥ ਹੋਈਆਂ, ਜਿਹਦੇ 'ਚ ਇੱਕ ਵੀ ਤਾਮਿਲਨਾਡੂ, ਵੈਸਟ ਬੰਗਾਲ, ਕੇਰਲਾ, ਆਂਧਰਾ ਪ੍ਰਦੇਸ਼, ਮਿਜ਼ੋਰਮ 'ਚ ਇਹ ਘਟਨਾਵਾਂ ਹੋਈਆਂ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਸੀ। 2013 'ਚ ਵੀ 14 ਘਟਨਾਵਾਂ ਹੋਈਆਂ ਜਿਹਦੇ 'ਚ 18 ਮੌਤਾਂ ਹੋਈਆਂ, ਉਸ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਕੋਈ ਸਰਕਾਰ ਨਹੀਂ ਸੀ ਉਸ ਸਮੇਂ। ਨੰਬਰ 1,
1984 सब तो वड्डा लिंचिंग होया सिख कम्युनिटी का दिल्ली च और कांग्रेस की सरकार च, और 2002 च गोदरा च लिंचिंग हुई जिहड़े श्रद्धालु अयोध्या तो जा रहे थे 42 मारे गए रेल च ते डब्बे च घेर के। देखो ये सारे सवाल मैं ले लूंगा, सारे सवाल ले लूंगा हुण जे सवाल तुहाडे तो उल्ट यह पूछा जाए कि जिथे तुहाडी सरकार नहीं सी उत्थे मॉब लिंचिंग हुई है, इहदा मतलब तुसीं तां नहीं करवाई? नहीं नहीं असी क्यों करवाई है? हाँ। असी क्यों करवाई है? ये क्यों कह रहे हो तुसी असी करवाई है? असी तो कंडेम करते हैं, यह घटनावां नहीं होनी चाहीदियां, ये बड़ियां अनफॉर्चुनेट है और कानून दा राज स्थापित होना चाहिए। तारस संधू, कांग्रेस दी देन है, बीजेपी कुछ नहीं कर सकती। देखो जी सिस्टम दी देन है, इहदे च कांग्रेस जां अकाली जां बीजेपी दा मसला नहीं गा, सानू यह मसला जिन्ना दिसदा सिंपल ਉਹਨਾਂ ਸਿੰਪਲੀ ਜਿਆਦਾ ਤੁਸੀਂ ਵਾਕਆਊਟ ਕਿਉਂ ਕਰ ਜਾਂਦੇ ਹੋ? ਵਾਕਆਊਟ ਕਿਉਂ ਕਰ ਜਾਂਦੇ ਹੋ? ਤੁਹਾਡੀ ਪਾਰਟੀ ਵਾਕਆਊਟ ਕਿਉਂ ਕਰਦੀ? ਫਿਰ ਸੁਣੋ ਨਾ, ਉੱਥੇ ਕਹੋ, ਉੱਥੇ ਪਾਰਲੀਮੈਂਟ ਦੇ ਵਿੱਚ ਕਹੋ ਸਿਸਟਮ ਦੀ ਦੇਣ, ਅਸੀਂ ਸਾਰੇ ਦੋਸ਼ੀ ਹਾਂ, ਕਹੋ ਉੱਥੇ। ਜਦੋਂ ਹੀ ਵਾਕਆਊਟ ਹੁੰਦਾ ਪਹਿਲਾਂ ਬੋਲ ਕੇ ਫੇਰ ਹੀ ਵਾਕਆਊਟ ਹੁੰਦਾ, ਉੱਥੇ ਆਪਦਾ ਰਜਿਸਟਰਡ ਕਰਾ ਕੇ ਫੇਰ ਹੀ ਸੁਣ ਲਿਆ ਤੁਸੀਂ ਉਹਨਾਂ ਨੇ ਕੀ ਰਜਿਸਟਰ ਕਰਾਇਆ ਦੱਸਿਆ ਉਹਨਾਂ ਨੇ? ਪਰ ਮੈਂ ਇਹ ਕਹਿੰਦਾ ਵੀ ਇਹਦੇ ਕਈ ਰੀਜ਼ਨ ਹੈ। ਯੂਥ ਦੇ ਵਿੱਚ ਫਰਸਟ੍ਰੇਸ਼ਨ ਦਾ ਆਉਣਾ, ਸਮਾਜਿਕ ਸਰੋਕਾਰ ਨਾਲ ਸੰਬੰਧਿਤ ਔਰਗੇਨਾਈਜੇਸ਼ਨਾਂ ਦਾ ਜਿਹੜਾ ਉਹ ਮਤਲਬ ਅਸਰ ਘਟਣਾ ਹੈ, ਫਰਸਟ੍ਰੇਸ਼ਨ ਬਹੁਤ ਕੁਛ ਹੈ। ਯੂਥ ਫਰਸਟ੍ਰੇਟ ਕਿਉਂ ਹੋ ਗਿਆ ਤਾਰਾ ਜੀ ਸੰਧੂ? ਸ਼ੁਕਰ ਹੈ ਤੁਸੀਂ ਯੂਥ ਦੀ ਗੱਲ ਕੀਤੀ ਹੈ, ਕਰਦੇ ਨਹੀਂ ਕੋਈ ਇੱਥੇ ਯੂਥ ਦੀ ਗੱਲ। ਅੱਛਾ, ਦੂਸਰਾ ਜਿਹੜਾ ਹੈਗਾ ਕਿ ਜਦੋਂ ਅਸੀਂ ਫਨੈਟਿਕ ਸਲੋਗਨਸ ਲਾਉਂਦੇ ਹਾਂ, ਹੈ ਰਿਲੀਜਨ ਨੂੰ ਇਨਵੋਲਵ ਕਰਦੇ ਪੋਲੀਟਿਕਸ ਦੇ ਵਿੱਚ, ਉਹਦੇ ਨਾਲ ਬਹੁਤ ਰੀਜ਼ਨ ਹੈ ਇਹਦੇ ਵਾਸਟ। ਹੁਣ ਮੈਂ ਜੇ ਉਦਾਹਰਣ ਦੇਵਾਂ, ਪੰਜਾਬ ਦੇ ਵਿੱਚ ਇੱਕ ਵਾਰ ਲਾਲ ਕੁੜਤੀ ਵਾਲੇ ਸੀ ਆਏ, 500 ਦੇ ਕਰੀਬ ਬੰਦਾ ਸਟੇਟ ਨੂੰ ਮਾਰਨਾ ਪਿਆ ਸੀਗਾ ਫਿਰੋਜ਼ਪੁਰ ਦੇ ਵਿੱਚ, ਸਵਰਨ ਸਿੰਘ ਬੋਪਾਰਾ ਡਿਪਟੀ ਕਮਿਸ਼ਨਰ ਹੁੰਦੇ ਸੀ, ਤੁਹਾਨੂੰ ਪਤਾ। ਉਸ ਤੋਂ ਪਹਿਲਾਂ ਪੈਪਸੂ ਵੇਲੇ ਰਾਓ ਜਦੋਂ ਗਵਰਨਰ ਸੀ ਪੰਜਾਬ 'ਚ, ਡਾਕੂਆਂ ਦਾ ਪੈਪਸੂ 'ਚ ਬਹੁਤ ਵੱਡਾ ਹੀ ਬਕਾਇਦਾ ਫਿਜੀਕਲ ਇਲੀਮੀਨੇਸ਼ਨ ਵਾਲਾ ਦੌਰ ਵੀ ਰਿਹਾ। ਪਰ ਹੁਣ ਇੱਕ ਫੈਕਟਰ ਨਹੀਂ, ਹੁਣ ਫੈਕਟਰ ਪਤਾ ਕਿਹੜਾ? ਸੋਸ਼ਲ ਮੀਡੀਏ ਦੇ ਆਉਣ ਨਾਲ ਹੁਣ ਇਹ ਘਟਨਾਵਾਂ ਇੱਕ ਤਾਂ ਆਮ ਲੋਕਾਂ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ, ਨੰਬਰ 1, ਇਸ ਕਰਕੇ ਇਹਨਾਂ ਦੀ ਨੰਬਰਿੰਗ ਸਾਨੂੰ ਜ਼ਿਆਦਾ ਲੱਗਦੀ ਹੈ। ਦੂਸਰਾ, ਜਿਵੇਂ ਗਊ ਰੱਖਿਆ ਦੇ ਨਾਂ ਬਹਾਨੇ ਥੱਲੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਖੁਦ ਇੰਟਰਵੀਨ ਕਰਨਾ ਪਿਆ ਸੀਗਾ, ਇਸ ਕਰਕੇ ਇਹ ਜਿਹੜਾ ਹੈ ਇਹ ਬਹੁਤ ਹੀ ਨਿੰਦਾਯੋਗ ਹੈ ਕੰਮ। ਪਰ ਇਹ ਕਾਨੂੰਨ ਦੀ ਪਕੜ ਦਾ ਘਟਨਾ ਜਾਂ ਸਿਸਟਮ ਪ੍ਰਤੀ ਬੇਰੁਖੀ ਜਾਂ ਰਿਜੈਂਟਮੈਂਟ, ਇਹ ਸਾਰੀਆਂ ਚੀਜ਼ਾਂ ਸਿੱਧੇ ਸ਼ਬਦਾਂ ਵਿੱਚ ਇਹ ਐਂ ਕਿਉਂ ਨਹੀਂ ਮੰਨਦੇ ਵੀ ਸਰਕਾਰੀ ਤੰਤਰ ਹੈ ਜਿਹੜਾ ਉਹ ਫੇਲ ਹੋਇਆ ਤੇ ਭੀੜ ਤੰਤਰ ਨੇ ਫੇਲ ਨਹੀਂ, ਕਮਜ਼ੋਰ ਹੋਇਆ? ਕਮਜ਼ੋਰ ਫੇਲ ਨਹੀਂ ਹੋਇਆ ਅੱਜ ਵੀ ਜੇ ਉਹਨੂੰ ਉਸ ਤਰੀਕੇ ਨਾਲ ਕਰਨਾ ਹੋਵੇ ਤਾਂ ਕੋਈ ਵੱਡੀ ਮੁਸ਼ਕਲ ਨਹੀਂ। ਕੇਪੀ ਜੀ, ਪਹਿਲੀ ਗੱਲ ਤੇ ਮੈਂ ਇਹ ਕਹਾਂਗਾ, ਸਿੱਧੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਉਹਦੀ ਸਰਕਾਰ ਦੀ, ਪ੍ਰਧਾਨ ਮੰਤਰੀ ਮੋਦੀ ਦੀ ਹੈ। ਇਸ ਦੀ ਐਕਸਪਲੇਨੇਸ਼ਨ ਇਹ ਹੈ, ਰਾਜਨਾਥ ਸਿੰਘ ਅੱਜ ਖੁਦ ਆਪਣੇ ਬਿਆਨ ਦੇ ਵਿੱਚ ਇਹ ਗੱਲ ਮੰਨ ਰਹੇ ਨੇ ਕਿ ਇਹ ਅਫਵਾਹਾਂ ਫੈਲਣ ਦੇ ਨਾਲ ਅਤੇ ਵਟਸਐਪ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਫੈਲਣ ਦੇ ਨਾਲ। ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ, ਦੇਸ਼ ਦੇ ਅੰਦਰ ਸਭ ਤੋਂ ਵੱਡਾ ਸੋਸ਼ਲ ਮੀਡੀਆ ਦਾ ITਸੈੱਲਾਂ ਦਾ ਨੈਟਵਰਕ ਕਿਹਦੇ ਕੋਲ ਹੈ? ਅਫਵਾਹਾਂ ਫੈਲਾਉਣ ਦੀ ਸਭ ਤੋਂ ਵੱਡੀ ਜੇ ਕਿਸੇ ਕੋਲ ਅੱਜ ਜਿਹੜੀ ਤਾਕਤ ਹੈਗੀ ਆ ਉਹ RSS ਦੇ ਕੋਲ ਹੈ, ਇਸ ਤੋਂ ਬਿਨਾਂ BJP ਦੇ ਕੋਲ ਹੈ। ਔਰ ਦੂਜੀ ਗੱਲ, ਜਦੋਂ ਗੱਲ ਕੀਤੀ ਇਹਨਾਂ ਨੇ ਵੀ ਕਿਹੜੇ ਕਿਹੜੇ ਸੂਬਿਆਂ 'ਚ ਹੋਈ ਹੈ, ਮੈਂ ਕਹਿੰਦਾ ਕਿ ਰਾਜਸਥਾਨ 'ਚ ਨਹੀਂ ਹੋਈ, ਝਾਰਖੰਡ ਦੇ ਵਿੱਚ ਹੁੰਦੀ ਹੈ, ਹਰਿਆਣੇ ਦੇ ਵਿੱਚ ਹੋ ਰਹੀਆਂ ਨੇ ਮੌਬ ਲਿੰਚਿੰਗਸ। ਮੌਬ ਲਿੰਚਿੰਗਸ ਦਾ ਇੱਕ ਖਾਸ ਪੈਟਰਨ ਹੈ ਜਿਹੜਾ ਇਹ ਝਾਰਖੰਡ ਦਾ ਜ਼ਿਕਰ ਨਹੀਂ ਕਰਨਗੇ, ਤਾਜ਼ੇ ਮਾਮਲਾ ਸਾਹਮਣੇ ਆ। ਮੈਂ ਐਗਜ਼ੈਕਟਲੀ ਇਹ ਕਹਿਣਾ ਚਾਹੁੰਦਾ, ਲੇਕਿਨ ਮੈਂ ਕਹਿੰਦਾ ਇਸ ਪਿੰਗ ਪੋਂਗ 'ਚ ਵੀ ਨਾ ਜਾਈਏ, ਪੂਰੇ ਦੇਸ਼ ਦੇ ਵਿੱਚ ਜਿਹੜੀ ਅਦਰਾਈਜੇਸ਼ਨ ਇਹਨਾਂ ਨੇ ਕੀਤੀ ਹੈ, ਜਿਹੜੀ ਇਹ ਮਾਹੌਲ ਬਣਾ ਦਿੱਤਾ ਪੂਰੇ ਦੇਸ਼ ਦੇ ਵਿੱਚ ਵੀ ਇੱਕ ਕਮਿਊਨਿਟੀ ਦੇ ਲੋਕਾਂ ਨੂੰ, ਆਮ ਸਧਾਰਨ ਲੋਕਾਂ ਨੂੰ ਲੱਗਦਾ ਕਿ ਸਾਡੀ ਦੁਸ਼ਮਣ ਦੂਜੀ ਕਮਿਊਨਿਟੀ ਦੇ ਲੋਕ ਨੇ, ਇੱਕ ਜਨਰਲ ਚਾਰਜਡ ਐਟਮੋਸਫੇਅਰ ਪੈਦਾ ਕਰ ਦਿੱਤਾ, ਸਰਕਾਰ ਦੇ ਪ੍ਰਤੀ ਲੋਕਾਂ ਦਾ ਕੰਪਲੀਟ ਡਿਸਟਰਸਟ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ। ਉਹਦਾ ਨਤੀਜਾ ਹੋ ਰਿਹਾ ਕਿ ਹਰ ਵਕਤ ਲੋਕਾਂ ਨੂੰ ਇਹ ਲੱਗ ਰਿਹਾ ਕਿ ਇਹ ਸਾਰਾ ਕੰਮ ਸਾਨੂੰ ਆਪ ਹੀ ਆਪਣੇ ਹੱਥ ਨਾਲ, ਸਾਡੀ ਜਿਹੜੀ ਬਹੁਤ ਹੀ ਲੋਅਰ ਲੈਵਲ ਦੀ ਜਨਰਲਾਈਜ਼ਡ ਸਮਝਦਾਰੀ ਹੈ ਉਹਦੇ ਨਾਲ ਹੀ ਅਸੀਂ ਇਸ ਗੱਲ ਨੂੰ ਸਿਰੇ ਚਾੜਨਾ ਤੇ ਉਹਦਾ ਨਤੀਜਾ ਇਹ ਭੀੜ ਤੰਤਰ ਹੈ, ਉਹਦਾ ਨਤੀਜਾ ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਭੀੜ ਤੰਤਰ ਤੇ ਸਵਾਲ ਪੁੱਛੇ ਜਾਣੇ ਲਾਜ਼ਮੀ ਹੈਗੇ, ਪਰ ਭੀੜ ਤੰਤਰ ਨੂੰ ਖੜਾ ਕਿਹਨੇ ਕੀਤਾ ਹੈਗਾ ਤੇ ਭੀੜ ਤੰਤਰ ਨੂੰ ਟ੍ਰੇਨਡ ਕੌਣ ਕਰ ਰਿਹਾ ਹੈਗਾ, ਇਸ ਦੇ ਪਿੱਛੇ ਕਿਹੜੀ ਸਿਆਸਤ ਹੈ, ਕੀ ਹੈ ਉਹ ਕਿਤੇ ਵੋਟ ਤੰਤਰ ਵਿੱਚ ਇਸ ਭੀੜ ਤੰਤਰ ਨੂੰ ਕਨਵਰਟ ਕਰਨ ਵਿੱਚ ਤਾਂ ਲੱਗੀ ਹੋਈ ਕਾਤਲਾਂ ਭੀੜ ਦਾ ਆਖੂ ਕੋਣਾ, ਬ੍ਰੇਕ ਤੋਂ ਵਾਪਸ ਆ ਰਿਹਾ। ਭੀੜ ਵੱਲੋਂ ਕਤਲ ਕਰਨ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਤੰਤਰ ਨੂੰ ਕੀ ਚੁਣੌਤੀ ਦਿੱਤੀ ਹੈ? ਪ੍ਰੋਫੈਸਰ ਮਨਜੀਤ ਸਿੰਘ, ਸਮਾਜ ਸ਼ਾਸਤਰੀ ਹੋ ਤੁਸੀਂ, ਤੁਹਾਡਾ ਸਮਾਜ ਸ਼ਾਸਤਰ ਜੋ ਤੁਸੀਂ ਤੁਹਾਡਾ ਸਮਾਜ ਸ਼ਾਸਤਰ ਸਿਖਾਉਂਦਾ ਹੈਗਾ ਉਹਦੇ ਵਿੱਚ ਵੀ ਫੇਲ ਹੋ ਗਏ ਹਾਂ ਅਸੀਂ।
देखो ये कोई दो राय नहीं, अपन साफ साफ गल्लां करनियां चाहीदियां। ये पहली बारी होया कि देश दे विच RSS नूं एडा वड्डा राजनीतिक हलूणा मिलिया और साडे मिनिस्टर प्राइम मिनिस्टर तक नागपुर जाके मैं RSS ते सवाल तुहाडे तों सुन लूंगा, पर RSS सब कुछ लई जिम्मेवार है। बड़ा सौखा है RSS ते इल्जाम लगा के पासे हो जाना, तुहाडे कोल की प्रूफ है? नहीं नहीं बिल्कुल मैं दसदा हां, क्योंकि मैं क्यों कह रहा RSS का, जिन्हां ने स्वामी अग्निवेश दे कल कपड़े पाड़े आ, 79 साल का बुढ़ा बिना मतलब तो हाथ जोड़ के कह रहा, शर्म ना सारे देश का सिर जिहड़ा झुक जाना चाहिए कि 79 साल का सोशल एक्टिविस्ट जिन्हें सारी उम्र बंधुआ मुक्ति मोर्चे के उत्ते लड़ाई दी और जिहड़े देश के गरीबों लई लड़िया और उन्हूं तुसीं बेइज्जत कर रहे हो, वह भी भगवें कपड़िया दे विच, जिहड़े कि इन्ने कपड़िया भगवियां का सारे अपने दफ्तरां का गड्डियां का कुर्सियां का रंग बदलते फिरते आ, उन्हें बंदियां ने आके नारे लाए आ, उन्हें साफ किया आ कि किधर नूं देश नूं असीं ले जाना चाहुंदे आ। मैनूं सच जे पुछो तो मैनूं खुद डर लगदा कि मैं पंजाब तों बाहर जा सकदा कि नहीं जा सकदा। ठीक है, स्वामी अग्निवेश दा जिक्र करना बनता है, पर कुछ लीडर ये गल कह रहे हैं कि स्वामी अग्निवेश ने पब्लिसिटी स्टंट लई सारा कुछ कीता, हुण उहनां नूं की जवाब दोगे? नहीं नहीं नहीं, इही गल है बिल्कुल, ਜਦੋਂ ਵੀ ਕੋਈ ਇਹੋ ਜਿਹਾ ਹੋਇਆ ਮੌਬ ਲਿੰਚਿੰਗ ਹੋਈ ਆ, ਭਾਵੇਂ ਉਹ ਗੌਰ ਰਕਸ਼ਕਾਂ ਦੇ ਨਾਂ ਦੇ ਉੱਤੇ ਆ, ਸਵਾਏ ਇੱਕ ਪ੍ਰਧਾਨ ਮੰਤਰੀ ਦੇ ਝੂਠੇ ਜੇ ਮੂੰਹ ਨਾਲ ਬਿਆਨ ਤੋਂ, ਬਾਕੀ ਕਿਤੇ ਵੀ ਚਾਈਲਡ ਲਿਫਟਿੰਗ ਦਾ ਜਿੱਥੇ ਵੀ ਗੱਲ ਚੱਲੀ ਆ, ਝੂਠੇ ਜਿਹੜੇ ਸਾਰੇ 11 ਸੀਟਾਂ ਦੇ ਵਿੱਚ ਪਿੱਛੇ ਬੱਚਿਆਂ ਨੂੰ ਚੁੱਕਣ ਵਾਲਿਆਂ ਦੇ ਨਾਂ ਤੇ ਹੋਇਆ, ਹੋਰ ਮੁਸਲਮਾਨਾਂ ਨੂੰ ਕਰਨ ਦਾ ਜਿੰਨਾ ਵੀ ਨਾਂ ਤੇ ਹੋਇਆ, ਇਹ ਬੜੀ ਟਾਰਗੇਟਡ ਨਫ਼ਰਤ ਲਈ ਇਹ ਸਾਰਾ ਕੁਝ ਹੋਇਆ। ਔਰ ਮਿਨਿਸਟਰਾਂ ਨੇ ਇੱਕ ਲਿੰਚਿੰਗ ਵਾਲਾ ਬੰਦਾ ਆ ਰਿਹਾ, ਉਹਨੂੰ ਦੇਸ਼ ਦੇ ਤਿਰੰਗੇ 'ਚ ਲਪੇਟਿਆ ਗਿਆ, ਦੂਸਰੇ ਦੇ ਗਲ 'ਚ ਹਾਰ ਪਾਏ ਗਏ, ਔਰ ਜਿੰਨੇ ਵੀ ਫੜੇ ਜਾਂਦੇ ਆ ਪ੍ਰੋਪਰ ਪਹਿਲਾਂ ਤੇ ਉਹਨਾਂ ਦੀਆਂ ਧਾਰਾਂ ਨਹੀਂ ਲਾਈਆਂ ਜਾਂਦੀਆਂ, ਬਾਅਦ ਵਿੱਚ ਛੱਡਤਾ ਜਾਂਦਾ, ਨਹੀਂ ਤਾਂ ਕਿਹੜੀ ਜ਼ੁਰਤ ਆ ਅੱਗੇ ਇੱਥੇ ਆ ਕੇ ਏਡੇ ਵੱਡੇ ਪੱਧਰ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਅਫਰਾ ਤਫਰੀ ਮਚਾਏ? ਮੈਨੂੰ ਬਹੁਤ ਦੁੱਖ ਆ, ਖਾਸ ਕਰ ਅਗਨੀਵੇਸ਼ ਦਾ, ਕਿ ਜਿਨ੍ਹਾਂ ਨੂੰ ਮੈਂ ਇੰਨੀ ਦੇਰ ਦਾ ਜਾਣਦਾ, ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਰਹੇ ਹਾਂ, ਕਿ ਤੁਸੀਂ ਇਸ ਬਜ਼ੁਰਗ ਨੂੰ ਦੁਨੀਆ ਦੇ ਵਿੱਚ ਕੀ ਪੇਸ਼ ਕਰਨਾ ਚਾਹੁੰਦੇ? ਜੰਮੂ ਵਾਲੇ ਦਾ ਤੁਹਾਨੂੰ ਪਤਾ ਯੂਨਾਈਟਿਡ ਨੇਸ਼ਨ ਤੋਂ ਤੋਏ ਤੋਏ ਹੋਈ ਸੀਗੀ ਇੱਥੇ ਸਾਰੇ ਦੇਸ਼ ਦੀ। ਠੀਕ ਹੈ, ਰੌਣਕੀ ਰਾਮ ਸਾਹਿਬ, ਸਵਾਲ ਇਹ ਹੈਗਾ ਕਿ ਇਹ ਭੀੜ ਤੰਤਰ ਜਦੋਂ ਕਿਸੇ 'ਤੇ ਹਮਲਾ ਕਰਦਾ ਹੈਗਾ, ਇਸ ਨੂੰ ਸਿਰਫ ਭੀੜ ਤੰਤਰ ਤੱਕ ਸੀਮਿਤ ਰੱਖਿਆ ਜਾਵੇ? ਮੈਨੂੰ ਲੱਗਦਾ ਕਿ ਇਸ ਨੂੰ ਟਾਰਗੇਟ ਕਿਲਿੰਗ ਦਾ ਨਾਮ ਦੇ ਦੇਣਾ ਚਾਹੀਦਾ ਹੈ। ਦੇਖੋ, ਜਿਹੜੀ ਭੀੜ ਦੇ ਨਾਲ ਅਸੀਂ ਮੌਬ ਦੀ ਮੈਂਟੈਲਿਟੀ ਦੀ ਗੱਲ ਕਰ ਰਹੇ ਹਾਂ, ਮੌਬ ਲਿੰਚਿੰਗ ਦੀ ਗੱਲ ਕਰ ਰਹੇ ਹਾਂ, ਉਹ ਯਕਦਮ ਨਹੀਂ ਹੋਈ ਹੈਗੀ, ਉਹ ਇਮੀਡੀਏਟਲੀ ਨਹੀਂ ਹੋਈ ਹੈਗੀ, ਲੇਕਿਨ ਜਿਹੜੀ ਜਿੱਦਾਂ ਸ਼ੋਅ ਹੋਈ ਆ ਕੁਛ ਦਿਨਾਂ 'ਚ, ਲੱਗਦਾ ਕਿ ਨੀਜਰਕ ਰਿਐਕਸ਼ਨ ਹੈਗਾ। ਹੁਣ ਗੱਲ ਇਹ ਹੈ ਕਿ ਇੱਕ ਪਾਸੇ ਜਦੋਂ ਇਹ ਗੱਲ ਆਮ ਲੋਕਾਂ ਤੱਕ ਫੈਲਾਈ ਜਾ ਰਹੀ ਹੈ ਕਿ ਸਰਕਾਰਾਂ ਕੋਲ, ਚਾਹੇ ਉਹ ਕੋਈ ਹੋਣ, ਕਿਸੇ ਵੀ ਕੋਈ ਵੀ ਸਰਕਾਰ ਹੋਵੇ, ਉਹਨਾਂ ਕੋਲ ਪੁਖਤਾ ਸਮੱਸਿਆਵਾਂ ਦਾ ਹੱਲ ਨਹੀਂ, ਜਾਂ ਉਹਨਾਂ 'ਤੇ ਇਲਜ਼ਾਮ ਲਗਾਇਆ ਜਾਂਦਾ ਜਿੱਦਾਂ ਤੁਸੀਂ ਹੁਣੇ ਕਿਹਾ ਸੀ ਕਿ ਇਹ ਕਰਨਾ ਹੱਲ ਚਾਹੁੰਦੇ ਨਹੀਂ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਮੱਸਿਆ ਦਾ ਪੁਖਤਾ ਹੱਲ ਨਹੀਂ ਹੈਗਾ, ਉਹਦਾ ਮਤਲਬ ਇਹ ਆ ਕਿ ਸਰਕਾਰ ਉਸ ਹੱਲ ਤੋਂ ਪਿੱਛੇ ਹਟ ਗਈ ਆ। ਡਰੱਗ ਦੇ ਬਾਰੇ ਵਿੱਚ ਐਗਜ਼ਾਮਪਲ ਲਈ ਜਾ ਰਹੀ ਆ ਕਿ ਡਰੱਗ ਦਾ ਕੰਟਰੋਲ ਨਹੀਂ ਹੈਗਾ। ਹੁਣ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਸੋਸ਼ਲ ਮੀਡੀਆ ਰਾਹੀਂ ਜਾਂ ਪ੍ਰਿੰਟ ਮੀਡੀਆ ਰਾਹੀਂ, ਇਹ ਚੀਜ਼ਾਂ ਕਾਫੀ ਸਾਹਮਣੇ ਆਉਂਦੀਆਂ ਨੇ, ਲੋਕਾਂ ਨੂੰ ਲੱਗ ਰਿਹਾ ਹੈ ਕਿ ਸਾਡੇ ਪਰਿਵਾਰ ਸਰਕਾਰ ਪਿੱਛੇ ਹਟ ਰਹੀ ਆ, ਸਰਕਾਰ ਪਿੱਛੇ ਹੋਣ ਦਾ ਨਾਟਕ ਕਰ ਰਹੀ ਆ। ਦੋ ਚੀਜ਼ਾਂ, ਸਰਕਾਰ ਪਿੱਛੇ ਹੋਣ ਦਾ ਨਾਟਕ ਕਰ ਰਹੀ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦੇ ਇਹ ਬਸ ਨਹੀਂ ਹੈਗਾ। ਹਾਲਾਤ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੇ ਬਹੁਤ ਸਾਰੇ, ਸਰਕਾਰ ਬਸ ਵਿੱਚ ਕਰਨਾ ਨਹੀਂ ਚਾਹੁੰਦੀ, ਸਰਕਾਰ ਬਸ ਵਿੱਚ ਕਰਨਾ ਚਾਹੁੰਦੀ ਨਹੀਂ ਹੋਵੇਗੀ, ਉਸਦੇ ਬਾਵਜੂਦ ਵੀ ਤੁਹਾਨੂੰ ਲੱਗ ਰਿਹਾ ਹੈ ਕਿ ਹਾਲਾਤ ਸਾਡੇ ਹੱਥਾਂ ਤੋਂ ਇਵੇਂ ਜਾ ਰਹੇ ਨੇ, ਕਿਉਂਕਿ ਜਦੋਂ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਇੱਕ ਨੌਨ ਪੋਲੀਟੀਕਲ ਮੁੱਦੇ ਨੂੰ, ਨੌਨ ਪੋਲੀਟੀਕਲ ਅਪਰੋਚ ਨਾਲ ਨਹੀਂ ਦੇਖੂਗੀਆਂ, ਤਾਂ ਉਹਦੇ 'ਤੇ ਜਦੋਂ ਸਰਕਾਰ ਕੁਛ ਕਰਨਾ ਚਾਹੇਗੀ, ਦੂਜੀ ਸਰਕਾਰ ਉੱਤੇ ਬਲੇਮ ਲਗਾਏਗੀ। ਹਾਲਾਤ ਅਸਲੇ ਬਣ ਚੁੱਕੇ ਆ ਕਿ ਸਮੱਸਿਆ ਦਾ ਹੱਲ ਨਹੀਂ, ਸਮੱਸਿਆ ਨੂੰ ਰਾਜਨੀਤੀ ਵਾਸਤੇ ਕਾਰਡ ਦੇ ਤੌਰ 'ਤੇ ਯੂਟੀਲਾਈਜ਼ ਕੀਤਾ ਜਾ ਰਿਹਾ, ਤਾਂ ਵੀ ਹੁੰਦੀ ਹੈਗੀ ਸਮੱਸਿਆ ਕੋਈ ਵੀ ਹੋਵੇ, ਚਾਹੇ ਡਰੱਗ ਦੀ ਸਮੱਸਿਆ ਚਾਹੇ ਕੋਈ ਵੀ ਆ। ਹੁਣ ਇਸ ਲਈ ਇਹ ਕਹਿ ਦੇਣਾ ਕਿ ਸਾਰੀਆਂ ਬਿਮਾਰੀਆਂ ਦੇ ਜੜ RSS ਹੈਗੀ ਆ, ਸਮੱਸਿਆ ਤੋਂ ਪਰੇ ਜਾਣਾ ਹੈਗਾ, ਭਾਵੇਂ ਉਹ ਹੋਏਗੀ, ਮੈਂ ਕਹਿੰਦਾ ਕਿ ਇਹ ਕਹਿ ਦੇਣਾ ਕਿ ਸਾਰੀ ਸਮੱਸਿਆ ਦਾ ਹੱਲ ਪੰਜਾਬ ਦੇ ਵਿੱਚ RSS ਦੇ ਸਮਰਥਕ ਤਾਂ ਨਹੀਂ, ਮੈਂ ਸੁਣੋ, ਪੰਜਾਬ 'ਚ ਇਹ ਕਹਿਣਾ ਕਿ ਸਾਰੀ ਸਮੱਸਿਆ ਡਰੱਗ ਦਾ ਹੱਲ ਇਹ ਆ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਚਾਹੁੰਦੀ ਹੈ। ਯਾਰ ਡਰੱਗ ਦਾ ਮਾਮਲਾ ਹੀ ਨਹੀਂ ਹੈ ਰੌਣਕੀ, ਅਸੀਂ ਗੱਲ ਕਰ ਰਹੇ ਮੌਬ ਲਿੰਚਿੰਗ ਦਾ, ਤੁਸੀਂ ਡਰੱਗ ਦੇ ਲੈ ਕੇ ਮੌਬ ਲਿੰਚਿੰਗ ਹੈ ਪੰਜਾਬ ਦੇ ਵਿੱਚ, ਇਹ ਕਿਹਾ ਜਾ ਰਿਹਾ ਕਿ ਡਰੱਗ ਲਈ ਨੂੰ ਲੈ ਕੇ ਮੌਬ ਲਿੰਚਿੰਗ ਦਾ ਟ੍ਰੈਂਡ ਆ ਰਿਹਾ। ਪੰਜਾਬ ਦਾ ਮਸਲਾ ਨਹੀਂ ਹੈਗਾ, ਪੂਰੇ ਦੇਸ਼ ਦੇ ਵਿੱਚ ਉਹ ਘਟਨਾਵਾਂ ਹੋ ਰਹੀਆਂ, ਉਹਦੀ ਗੱਲ ਕਰ ਰਹੇ ਹਾਂ, ਕਿਤੇ ਡਰੱਗ ਨੂੰ ਲੈ ਕੇ ਹੋ ਰਹੀਆਂ ਨੇ, ਕਿਤੇ ਉਹ ਹੋ ਰਹੀਆਂ ਲੈ ਕੇ ਮਾਡਰਨ
जो चीजा चल रही ने कभी हो रही है बीमारियां लैके हो रही ने क्योंकि चाहे वह इकलाक न मारे जा रहा है चाहे किसी का कतल किया जा रहा है चाहे गोदरा हो रहा चाहे 84 हो रहा है तुम देखो कि किमें समाज के जिड़े मारने वाले ने वो कोई बाहरों नहीं आए वो साढ़े भैन भरा ने एक दूजे मारते पे ਮਾਲਵਿੰਦਰ ਸਿੰਘ ਕਾਂਗ ਇਹ ਸਾਰਾ ਰਾਜਨਾਥ ਸਿੰਘ ਹਰੀ ਵੀ ਗੱਲ ਕਹਿੰਦੇ ਆ ਕਿ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲ ਰਹੀਆਂ ਉਹਦੇ ਕਰਕੇ ਹੋ ਰਿਹਾ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਟਵੀਟ ਕੀਤੇ ਆ ਉਹ ਕਹਿੰਦੇ ਪੀੜਤ ਤੰਤਰ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਦਾ ਅੰਕੜਾ ਸਰਕਾਰ ਦੇ ਕੋਲ ਨਹੀਂ ਆ ਪਰ ਪੂਜਾ ਕਿੱਥੇ ਹੋ ਰਹੀ ਆ ਇਸ ਦਾ ਪਤਾ ਹੈਗਾ ਮੈਂ ਹੋਰ ਸੁਣ ਲਓ ਮੈਂ ਉਹਨਾਂ ਲੋਕਾਂ ਨੂੰ ਦੱਸ ਰਿਹਾ ਮੇਰਾ ਸਵਾਲ ਨਹੀਂ ਹੈਗਾ ਲੋਕਾਂ ਦਾ ਸਵਾਲ ਆ ਕਹਿੰਦਾ ਇੱਕ ਭੀੜ ਕੋ ਕਾਤਲ ਬਣਾਇਆ ਜਾ ਰਿਹਾ ਹੈ ਗਲੀ ਗਲੀ ਕਤਲੇਆਮ ਕਰਾਇਆ ਜਾ ਰਿਹਾ ਰੁਜ਼ਗਾਰ ਮਹਿੰਗਾਈ ਤਰੱਕੀ ਕੀ ਕੋਈ ਬਾਤ ਨਾ ਕਰੇ ਇਸ ਲਈ ਹਿੰਦੂ ਮੁਸਲਮਾਨ ਮੇਂ ਉਲਝਾਇਆ ਜਾ ਰਿਹਾ ਹੈ ਆਪਣੀ ਨਾਕਾਮੀਆਂ ਕੋ ਛਿਪਾਨੇ ਕੇ ਲਈ ਭੀੜ ਤੰਤਰ ਕਾ ਬੈਜਾਰ ਲਗਾਇਆ ਜਾ ਰਿਹਾ ਹੈ ਦੋਸਤੋ ਇਹਨਾਂ ਨੂੰ ਕੀ ਜਵਾਬ ਦੋਗੇ ਪਹਿਲਾਂ ਮੈਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੂੰ ਜਵਾਬ ਦੇਣਾ ਉਹ ਦੇ ਦਿਓ ਬਾਅਦ ਨਹੀਂ ਨਹੀਂ ਦੇ ਦਿਓ ਬਾਅਦ ਗੰਭੀਰ ਆਰੋਪ ਲਾਏ ਆ ਦੇ ਦਿਓ ਲੋਕੀ ਟਵੀਟ ਕਰਦੇ ਹੋ ਤੁਸੀਂ ਸੋਸ਼ਲ ਮੀਡੀਆ ਗੱਲ ਕਰਦੇ ਪਿਆ ਮਾਰਵਿੰਦਰ ਕੰਗ ਇਹਦਾ ਜਵਾਬ ਦਿਓ ਤੁਸੀਂ ਕੋਈ ਮੁੱਦਿਆਂ ਦੀ ਗੱਲ ਨਾ ਕਰੋ ਸੀ ਭੀੜ ਤੱਕ ਜਵਾਚਿਆ ਰਵੇ ਹਾਂ ਉਹਦਾ ਜਵਾਬ ਦਿਓ ਮੈਨੂੰ ਸਿਲੈਕਟਿਵ ਅਪਰੋਚ ਨਹੀਂ ਪ੍ਰੋਫੈਸਰ ਸਾਹਿਬ ਨੂੰ ਰੱਖਣੀ ਚਾਹੀਦੀ ਪਿਛਲੇ 4 ਸਾਲ ਤੋਂ ਸਾਡੀ ਸਰਕਾਰ ਹੈ ਕਿ ਉਸ ਤੋਂ ਪਹਿਲਾਂ ਮੌਬ ਲਿੰਚਿੰਗ ਨਹੀਂ ਹੁੰਦੀ ਸੀ ਮੈਂ ਇੱਕ ਡਾਟਾ ਰੱਖਦਾ ਹਾਂ ਕੇਪੀ ਜੀ ਪਿਛਲੇ 12 ਸਾਲਾਂ 'ਚ ਐਨਸੀਆਰ ਵੀ ਕਹਿੰਦੀ ਆ 2097 ਮੌਬ ਲਿੰਚਿੰਗ ਨਾਲ ਮੌਤਾਂ ਹੋਈਆਂ ਔਰ ਸਭ ਤੋਂ ਵੱਧ ਮੌਤਾਂ 2012 ਔਰ 13 'ਚ ਕਾਮਰੇਡ ਰੂਲ ਚਾਹੇ ਕੇਰਲਾ ਮਿਜ਼ੋਰਮ ਹੈ ਵੈਸਟ ਬੰਗਾਲ ਹੈ ਤ੍ਰਿਪੁਰਾ ਹੈ ਉੱਥੇ ਹੋਈਆਂ ਪ੍ਰੋਫੈਸਰ ਸਾਹਿਬ ਘੱਟੋ ਘੱਟ ਤੁਹਾਡੇ ਵਰਗੇ ਜੋੜੇਵਾਰ ਬੰਦੇ ਕਿੰਨੇ ਮਰੇ ਬਲਵਿੰਦਰ ਕਮੈਂਟ ਮਾਰੇ ਬਲਵਿੰਦਰ ਕੰਗ ਚਾਹ ਚਾਹ ਮੌਬ ਲਿੰਚਿੰਗ ਹੋ ਰਹੀ ਹੈ ਬੜੀ ਬਾਤ ਚੁੱਕ ਲਿਆ ਸੀ ਮੇਰੀ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਕਿ ਚਾਹੇ ਕਾਮਰੇਡਾਂ ਦਾ ਰੂਲ ਹੋਵੇ ਚਾਹੇ ਕਾਂਗਰਸ ਦਾ ਰੂਲ ਹੋਵੇ ਸਾਰੇ ਵੇਲੇ ਮੌਬ ਲਿੰਚਿੰਗ ਹੋ ਗਿਆ ਇਹਦਾ ਮਤਲਬ ਤੁਸੀਂ ਵੀ ਫੇਲ ਹੋ ਨਾ ਉਹ ਫੇਲ ਹੋਇਆ ਤੁਸੀਂ ਫੇਲ ਹੋ ਮੈਨੂੰ ਗੱਲ ਤਾਂ ਪੂਰੀ ਕਰ ਨਹੀਂ ਤੁਸੀਂ ਗੱਲ ਕਰੋ ਨਾ ਇਹਦਾ ਜਵਾਬ ਦਿਓ ਇਹਦਾ ਉਹ ਵੀ ਫੇਲ ਸੀ ਤੁਸੀਂ ਫੇਲ ਨਹੀਂ ਨੋਟ ਐਟ ਆਲ ਹਾਂ ਫੇਲ ਤੁਹਾਡੇ ਕੋਲ ਅੰਕੜਾ ਹੈਗਾ ਯਾਰ ਕੇਪੀ ਤੁਸੀਂ ਗੱਲ ਰੱਖਣ ਦਿਆ ਕਰੋ ਮੇਰੀ ਬੋਲੋ ਮੈਂ ਪਹਿਲੀ ਗੱਲ ਤੇ ਆ ਪ੍ਰੋਫੈਸਰ ਸਾਹਿਬ ਸਿਲੈਕਟਿਵ ਅਪਰੋਚ ਨਾਲ ਗੱਲ ਕਰਦੇ ਆ ਕਿਸੇ ਨੇ ਕਾਂਗਰਸ ਨੂੰ ਡਿਫੈਂਡ ਕੀਤਾ ਨੰਬਰ 1 ਨੰਬਰ 2 ਇੱਕ ਮਿੰਟ ਦੇ ਪ੍ਰੋਫੈਸਰ ਸਾਹਿਬ ਨੂੰ ਛੱਡੋ ਮੇਰੇ ਸੋਲੇ ਜਵਾਬ ਦਿਓ 2012 ਜਿੰਨੀਆਂ ਮੌਬ ਲਿੰਚਿੰਗ ਹੋਈਆਂ 90% ਉਹ ਬਾਹਰ ਘੁੰਮ ਰਿਹਾ ਪਿਛਲੇ 1 ਸਾਲ ਤੋਂ ਜਿੰਨੀਆਂ ਮੌਬ ਲਿੰਚਿੰਗ ਹੋਈਆਂ ਉਹ ਸਾਰੇ ਕੀ ਕਹਿੰਦੇ ਨੇ ਜੇਲ੍ਹਾਂ 'ਚ ਪਏ ਆ ਉਹ ਜਿੰਨੇ ਵੀ ਅਪਰਾਧੀ ਹੋਏ ਔਰ ਜਿਹੜੀ ਕੱਲ ਪਰਸੋਂ ਘਟਨਾ ਹੋਈ ਹੈ ਜਿਹਦਾ ਜ਼ਿਕਰ ਕੀਤਾ ਹੈ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਔਰ ਹੋਮ ਮਿਨਿਸਟਰ ਨੇ ਕਿਹਾ ਚੀਫ ਮਿਨਿਸਟਰ ਨੇ ਵੀ ਝਾਰਖੰਡ ਵਾਲੇ ਨੇ ਕਿਹਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਮੀਡੀਏਟਲੀ ਉਹਨਾਂ ਦੀ ਅਰੈਸਟ ਹੋਈ ਆ ਕਿਤਨਾ ਤੁਸੀਂ ਕਹਿ ਸਕਦੇ ਹੋ ਕਿ 4 ਸਾਲਾਂ ਦੀ ਮੌਬ ਲਿੰਚਿੰਗ ਹੋ ਰਹੀ ਮੈਂ ਕਿਹਾ ਸਵਾਮੀ ਅਗਨੀਵਸ਼ ਤੇ ਹਮਲਾ ਕਿਹਨੇ ਹਮਲਾ ਕੀਤਾ ਸਵਾਮੀ ਅਗਨੀਵਸ਼ ਜਿੰਨੇ ਵੀ ਕੀਤਾ ਹੋਇਆ ਕਿਹਨੇ ਕੀਤਾ ਉਹ ਇਨਕੁਆਇਰੀ ਮਾਰ ਕੀਤੀ ਹੈ ਸੀਐਮ ਸਾਹਿਬ ਨੇ ਜਿੰਨੇ ਵੀ ਕੀਤਾ ਹੋਇਆ ਉਹਨੂੰ ਫੜਿਆ ਵੀ ਗਿਆ ਇਹ ਕਿਹਨੇ ਕਿਹਾ ਜੋ ਡਰਾਮਾ ਕਰ ਰਿਹਾ ਅਰੈਸਟ ਹੋਇਆ ਇਹ ਕਿਹਨੇ ਕਿਹਾ ਜੋ ਡਰਾਮਾ ਕਰ ਰਿਹਾ ਇਹ ਦੱਸੋ ਲੇਕਿਨ ਮੇਰੀ ਗੱਲ ਸੁਣੋ ਇਹ ਕਿਹਨੇ ਕਿਹਾ ਇੱਕ ਗੱਲ ਦੱਸੋ ਪ੍ਰੋਫੈਸਰ ਅਗਨੀਵੇਸ਼ ਨੇ ਖੁਦ ਡਰਾਮਾ ਕੀਤਾ ਅਗਨੀਵੇਸ਼ ਅੱਜ ਹੋ ਗਈ ਯਾਰ ਅਗਨੀਵੇਸ਼ ਜਿਹੜਾ ਉਹ ਡਰਾਮੇਬਾਜ਼ ਹੈਗਾ ਹੀ ਆ ਦੇਖ ਲਾ ਤੁਸੀਂ ਵੀ ਕਹਿ ਰਹੇ ਹੋ ਤੁਸੀਂ ਵੀ ਕਹਿ ਰਹੇ ਹੋ ਫਿਰ ਤੁਸੀਂ ਜਾਂਚ ਕਾ ਨਹੀਂ ਕਰਵਾ ਰਹੇ ਹੋ ਜਾਂਚ ਛੱਡ ਦੋ ਨਾ ਇੱਕ ਮਿੰਟ ਮਾਰ ਦੋ ਦੇਖਾਂ ਜਾਂਚ ਛੱਡ ਦੋ ਨਾ ਫਿਰ ਜਿਹੜਾ ਇਹ ਡਰਾਮਾ ਤਾਂ ਕਰਾਰ ਦਿੱਤਾ ਉਹਨੂੰ ਜਿਹੜਾ ਇਹ ਕੰਮ ਹੋਇਆ ਅਸੀਂ ਹੱਦ ਹੋ ਗਈ ਆ ਯਾਰ ਅਸੀਂ ਉਹਨੂੰ ਕੰਡੈਮ ਕਰਦੇ ਆ ਪਹਿਲੂ ਖਾਨ ਨੇ ਕੀ ਡਰਾਮਾ ਕੀਤਾ ਸੀ ਇੱਕ ਮਿੰਟ ਪਹਿਲੂ ਖਾਨ ਨੇ ਕੀ ਡਰਾਮਾ ਕੀਤਾ ਸੀ ਜੁਨੈਦ ਨੇ ਕੀ ਡਰਾਮਾ ਕੀਤਾ ਸੀ ਦਾਦਰੀ ਕੀ ਡਰਾਮਾ ਸੀਗਾ ਮੌਬ ਲਿੰਚਿੰਗ ਕਈ ਸਾਲਾਂ ਤੋਂ ਹੋ ਰਹੀ ਆ ਔਰ ਕੰਮ ਇਹਦਾ ਮਤਲਬ ਹੁੰਦੀ ਹੈ ਨਹੀਂ ਆਈ ਹੋਣਾ ਚੱਲਦਾ ਰਹੂਗਾ ਇਹਦਾ ਮਤਲਬ ਹੁੰਦੀ ਰਹੀ ਸੀ ਜੇਲ੍ਹ ਪਾਇਆ ਕਹਿਣਾ ਚਾਹੁੰਦੇ ਆ ਇੱਕ ਮਿੰਟ ਮਾਰਵਿੰਦਰ ਕੰਗ ਇੱਕ ਮਿੰਟ ਜਿਹੜੀ ਗੱਲ ਤੁਸੀਂ ਕਹੀ ਉਹਦੇ ਤੋਂ ਬੜੀ ਇੱਕ ਸਿੱਖਿਆ ਲੈਣ ਵਾਲੀ ਗੱਲ ਮੈਨੂੰ ਜਨਤਾ ਵਾਸਤੇ ਨਜ਼ਰ ਆ ਰਹੀ ਹੈ ਕਿ ਜਿਹੜੀਆਂ ਭੀੜਾਂ ਆਰਐਸਐਸ ਬੀਜੇਪੀ ਦੇ ਪ੍ਰਚਾਰ ਦੇ ਉੱਤੇ ਲੋਕਾਂ ਨੂੰ ਮਾਰਨ ਤੁਰ ਪੈਂਦੀਆਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹੋ ਹੀ ਲੀਡਰ ਜਿਹੜੇ ਤੁਹਾਨੂੰ ਉਸਾਉਂਦੇ ਨੇ ਉਹੀ ਲੀਡਰ ਜਿਹੜੇ ਤੁਹਾਨੂੰ ਤਿਆਰ ਕਰਦੇ ਨੇ ਕਿ ਆਹ ਦੂਜੀ ਕਮਿਊਨਿਟੀ ਤੁਹਾਡੀ ਦੁਸ਼ਮਣ ਹੈ ਇਹਨਾਂ ਨੂੰ ਮਾਰ ਦਿਓ ਇਹਨਾਂ ਨੂੰ ਜਾਨੋ ਖਤਮ ਕਰ ਦਿਓ ਠੀਕ ਉਹੀ ਲੀਡਰ ਟੀਵੀ ਦੀ ਸਕਰੀਨ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਇਹਨਾਂ ਨੂੰ ਜੋ ਸਜ਼ਾ ਮਿਲਦੀ ਹੈ ਇਹਨਾਂ ਨੂੰ ਦਿਓ ਕੌਣ ਕਹਿੰਦਾ ਇਹੋ ਹੀ ਜਨਤਾ ਜਿਹਨੂੰ ਜਨਤਾ ਨੂੰ ਤਿਆਰ ਕੀਤਾ ਠੀਕ ਉਸੇ ਹੀ ਜਨਤਾ ਨੂੰ ਕਹਿ ਦੇਣਾ ਉਸੇ ਹੀ ਜਨਤਾ ਨੂੰ ਇਹ ਕਹਿ ਦੇਣਾ ਕਿ ਹੁਣ ਇਸ ਜਨਤਾ ਨੂੰ ਜਿਹੜਾ ਹੈ ਸਾਰਾ ਦੋਸ਼ ਇਸੇ ਜਨਤਾ ਦਾ ਪਾ ਦਿਓ ਇੱਕ ਪਾਸੇ ਉਸੇ ਭੀੜ ਨੂੰ ਚਾਰਜ ਕਰ ਦੇਣਾ ਇੱਕ ਪਾਸੇ ਉਸੇ ਭੀੜ ਦੇ ਉੱਤੇ ਹੁਣ ਕਾਰਵਾਈ ਮੈਂ ਕਹਿੰਦਾ ਮੋਦੀ ਤੇ ਕਾਰਵਾਈ ਕਦੋਂ ਹੋਏਗੀ ਅਮਿਤ ਸ਼ਾਹ ਤੇ ਕਾਰਵਾਈ ਕਦੋਂ ਹੋਏਗੀ ਰਾਜਨਾਥ ਸਿੰਘ ਤੇ ਕਾਰਵਾਈ ਕਦੀ ਹੋਏਗੀ ਜਨਤਾ ਦੇ ਉੱਤੇ ਕਾਰਵਾਈ ਹੋਏਗੀ ਜਿਸ ਨੂੰ ਚਾਰਜ ਕਰਕੇ ਭੇਜ ਦਿੱਤਾ ਤਾਰਾ ਸੰਧੂ ਤਾਰਾ ਸੰਧੂ ਤੁਹਾਡਾ ਬਹੁਤ ਤਜਰਬਾ ਹੈਗਾ ਸਿਆਸਤ ਦੇ ਵਿੱਚ ਅਕਸਰ ਇਹ ਚਰਚਾ ਚੱਲ ਰਹੀ ਹੈਗੀ ਹੈ ਕਿ ਜਿਹੜਾ ਭੀੜ ਦੇ ਵਿੱਚ ਕੁੱਟਣ ਵਾਲਾ ਹੁੰਦਾ ਉਹ ਅੱਗੇ ਜਾ ਕੇ ਨੇਤਾ ਬਣਦਾ ਮੈਨੂੰ ਉਹਦਾ ਜਵਾਬ ਚਾਹੀਦਾ ਮੈਂ ਜੀ ਕੁੱਟਣ ਵਾਲਾ ਮੈਂ ਕੁੱਟ ਖਾਣ ਵਾਲਾ ਨਹੀਂ ਮੈਂ ਤੁਹਾਨੂੰ ਦੋ ਉਦਾਹਰਨਾਂ ਦੇਣੀਆਂ ਮੈਨੂੰ ਵਿੱਚ ਇੰਟਰਪਟ ਨਾ ਕਰੋ ਬੋਲੋ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਐਲ ਕੇ ਅਡਵਾਨੀ ਦੀ ਅਗਵਾਈ ਦੇ ਵਿੱਚ ਰੱਥ ਯਾਤਰਾ ਨਿਕਲੀ ਸੀਗੀ ਉਸ ਰੱਥ ਯਾਤਰਾ 'ਚ 90 ਸ਼ਹਿਰਾਂ 'ਚ ਫਸਾਦ ਭੜਕੇ ਸੀ ਹਿੰਦੂ ਮੁਸਲਮਾਨਾਂ ਦੇ ਔਰ ਉਹ ਜਿਹੜੀ ਲੈਬੋਰਟਰੀ 'ਚ ਉਹਦੀ ਕੈਸਟਾਂ ਤਿਆਰ ਕੀਤੀਆਂ ਨੋਇਡਾ 'ਚ ਜੈਨ ਦੀ ਲੈਬੋਰਟਰੀ 'ਚ ਜਦੋਂ ਪਾਰਲੀਮੈਂਟ 'ਚ ਰੌਲਾ ਪਿਆ ਉਹਨੂੰ ਅੱਗ
त्रिपुरा दे विच सरकार च तब्दीली आई, बुत तोड़ने शुरू कर दिते, उहदे पिछे पोलिटिकल मोटर तो बिना की भी बुत भी किसी का की बिगाड़ता। चलो किसी गऊ नू कोई बुचड़ ले जाता, वो ज्योंदी चीज है, उहदे ते रिएक्शन हो सकता रिलीजियस सेंटीमेंट। एक लेनिन दे बुत ने तुहाडा की बिगाड़िया सीगा, वो जिहड़ी गल दूसरे कह रहे हैं। एक मिनट तुसी किधर नू गल लई जांदे हो? वातावरण बनता है, और कला नहीं जेडिये कहते हैं सिर्फ कामरेडा का दो स्टेटा च रहा राज, तीजा त्रिपुरा च रहा, पर सिरे तो सिरे तक हो रहा, कश्मीर च भी हो रहा, ईवन तुसी नागास्तान हो रहा, तुसी नागालैंड च जे कोमा तो मणिपुर तक जाना। मैं छोटा ब्रेक लेना, ब्रेक तो वापस आऊंगा। एक गल कही जा रही कि सोशल मीडिया से अफवाह फैलती हैं, तो उस तो बाद सारा कुछ बहुत जाता है। सूबा सरकार ने जिम्मेवारी बनती है कि वह पीड़ित जनता कंट्रोल करे। इहदा मतलब यह होया कि तुसी अपने आप विच मन चुके हो कि असी बेबस हैं, बेबस है जां बेबस दिखाया जा रहा है। सवाल दो तरफा है, तो दोनों सवाल पूछने लाजमी है। ब्रेक तो वापस आ रहे हैं। भीड़ वालों कतल करदियां वध रही वारदातों ने लोकतंत्र नूं की चुनौती दिती है? कुछ तस्वीर तुसी विच देख रहे हो, वो तस्वीर थोड़ा जा तुहानूं तंग परेशान करन वालियां होणगियां, पर ये तस्वीर दिखाउणियां लाजमी हैगियां। इसलिए असीं कोशिश की है कि उन्नी कु तस्वीर तुहानूं दिखाईआं जिन्हां तुहानूं समझ आ सके कि पीड़ित तंत्र हुंदा की हैगा। प्रसम अजीत सिंह, सवाल बड़ा सीधा हैगा कि तुसी वार वार ये गल कहिंदे हो कि आर एस एस कल्ली RSS दे आउण दे नाल जां भारतीय जनता पार्टी दे उत्ते RSS दे कंट्रोल दे नाल इह पीड़ित तंत्र बेकाबू हो गया, पीड़ित तंत्र नूं खुल्ला छड्ड दित्ता गया? इकट्ठा जवाब दे देणगे ना इहदे च। इक सवाल प्रोफेसर होवे भी दस दो मैनूं कि 4 साल पहलां तो मॉब लिंचिंग पहलां कोई घटना होंदी नहीं सी, बिना कहे देना सी, बिना कहे देना। चलो ना प्रोफेसर बोलो, एक मिनट बिना सवाल है। नहीं नहीं बिल्कुल, मैं बिना कहे ही इहदा जवाब देना सी। देखो जिहड़ा देश दे विच इहो जिहा माहौल आ उन्हूं सॉफ्ट ढंग नाल ग्राउंड तैयार की कांग्रेस ने, ये कोई दो राय नहीं। जे वो सैकुलरिज्म दियां जड़ां नूं मजबूत कर दे दिलों ता ऐ गल नहीं सी होनी। अज भी वो फ्रंटल तौर पर इस कम्यूनलिज्म नूं हेटरेड नूं जातिवाद नूं फ्रंटली नहीं लड़ रहे। कुछ बंदे लड़ रहे और उन्होंने दफ्तरां नूं सची थारूर वर्गे नूं दफ्तरां ते हमले हो रहे आ। इस करके ये अज भी वाकआउट करना जां इंस्टेंट लड़ना जिहड़ा तुसीं भी सवाल कीता आ, मेरा ख्याल कितना कितें वो जिहड़ा हिंदू कार्ड दा कांग्रेस दे विच भी शैडो जिहड़ा हैगा, इस च कोई दो राय नहीं। पर जिस तीव्रता ते तिखेपण दे नाल जो इन्हां दे, मैं क्यों RSS दा नां लै रहा, उन्हां दा हमेशा देखो तिरंगे दा एक लिंचिंग जिहड़ा बंदा कल्परेट आ उसनूं तिरंगे च लपेटण दा मतलब की आ? जम्मू दे विच ओह कुड़ी नाल रेप हुंदा, मर्डर हुंदा, ते हिंदू एकता मंच ओहदे हक च आके खड़ा हुंदा, उत्थे दे वकील हक च आके खड़े हुंदे, BJP उन्हां दे हक च आके खड़ी हुंदी आ, किहदा दोष देईए भी असीं उहनूं? तुसीं 8 साल दी कुड़ी दा इह हालत कीता ते मंदिर विच रेप करदे आ तुसीं? इह राम है साडे देश दा, इह भगवान है साडे देश दा, इह हिंदुआं दी इज्जत बना रहे आ तुसीं, सारी दुनिया दे विच हिंदुआं नूं बदनाम कर रहे आ तुसीं। इस करके मेरा यह कहना है मेरे वीर मलविंदर जी, पहला भी होया वो भी बुरा सी, पर ये मत भुलो कि ताडे राज दे विच तर्कशीला नूं मारिया गया, ताडे राज दे विच पढ़िया लिखिया लोकां नूं पत्रकारां नूं मारिया गया, जिहड़े भी अवार्ड दित्ते पत्रकारां नूं मारिया गया, पत्रकारां नूं मारिया अवार्ड वापस कीते गए, कदी पहला नहीं होया। जो तिखापन हुण हो रहा देश नूं तोड़न दे किनारे तुसीं पछाता, ये देश कट्ठा नहीं रहू देश भगती दे नां ते, इस गल तों मालविंदर कंग तुसीं राष्ट्रवादी गल करदे हो, पर पीड़ित तंत्र जो विद्रोह करता है, पीड़ित तंत्र जो कतलेआम करता है, तुहाडे नेता उन्हां नूं ट्रेंड करते इल्जाम है। पहली गल KP जी, मैं अपनी गल इत्थों शुरू कीती सी, बंदे एक दी मौत होवे चाहे दसां दी होवे कंडेमेबल है, सरकार और भारतीय जनता पार्टी बिल्कुल इहनूं सपोर्ट नहीं करदी। फिर मैं गल्लां कीतियां भी इहदा इतिहास बड़ा पुराना है, इहनूं तुसीं थोपदे आ, प्रोफेसर साहब ने साडे ते थोपता भी 14 सालां च हो रिहा, पहलां कदी होया ही नहीं। जिस तरीके नाल दंगे साडे ते थोपते, हिंदू मुस्लिम वाला मसला, मैं एक डाटा रखदा, बंगाल च 5000 बंदा मरिया 1947 कांग्रेस रूल, 1967 रांची 200 बंदा मरिया कांग्रेस रूल, अहमदाबाद 1969 च मरिया कांग्रेस रूल, बॉम्बे 1991 च कांग्रेस रूल, 84 च कांग्रेस रूल। देखो एक तुसी प्रोफेसर साहब
ਇਤਰਾ ਦੀ ਅਪਰੋਚ ਲੈ ਕੇ ਨਾ ਚੱਲੋ ਵੀ ਇੱਕ ਇੱਕ ਪਾਰਟੀ ਨੂੰ ਤੁਸੀਂ ਟਾਰਗੇਟ ਕਰਦੇ ਜਿਹੜੀ ਮਸਾਂ ਮਸਾਂ 4 ਸਾਲ ਪਹਿਲਾਂ ਆਈ ਆ ਲੇਕਿਨ ਅਸੀਂ ਇਹੋ ਜਿਹੀਆਂ ਘਟਨਾਵਾਂ ਨੂੰ ਸਪੋਰਟ ਨਹੀਂ ਕਰਦੇ ਅਸੀਂ ਜਿਹੜਾ ਜਿੰਨੇ ਕ੍ਰਾਈਮ ਆਪਣੇ ਜਿੰਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਕਾਨੂੰਨ ਨੂੰ ਸਜ਼ਾ ਦੇਵੇ ਸਭ ਤੋਂ ਵਧੀਆ ਗੱਲ ਕੇਪੀ ਜਿਹੜੀ ਸਾਡੇ ਮਾਲਵਿੰਦਰ ਕੰਗ ਤੁਸੀਂ 3 ਵਾਰ 84 ਦਾ ਜ਼ਿਕਰ ਕੀਤਾ 84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਤੁਸੀਂ ਕੀ ਕੀਤਾ ਉਹ ਤਾਂ ਕਾਂਗਰਸ ਨੇ ਕੀਤਾ ਨਾ ਤੁਸੀਂ ਇਨਸਾਫ ਦਿਵਾਉਣ ਲਈ ਕੀ ਕੀਤਾ ਉਰਤੇ ਆ ਜਾਓ ਉਹਦਾ ਜਵਾਬ ਨਹੀਂ ਹੈ ਨਹੀਂ 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 ਕਿਉਂ ਨਹੀਂ 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 ਜਵਾਬ ਕਿਉਂ ਨਹੀਂ ਆ ਤੁਸੀਂ ਮੈਂ ਉਰਤੇ ਆ ਰਿਹਾ ਸੀ ਹਾਂ ਦੱਸੋ ਤਾਰਾ ਸਿੰਘ ਹੋਣਾ ਨੇ ਬੜੀਆਂ ਗੱਲਾਂ ਗਣਾਤੀਆਂ ਤੇ ਜੇ ਮੌਬ ਲਿੰਚਿੰਗ ਜਗਦੀਸ਼ ਟਾਈਟਲਰ ਨੇ ਨਹੀਂ ਕਢਾਈ ਸੱਜਣ ਕੁਮਾਰ ਨੇ ਹੀ ਕਢਾਈ ਇਹਨਾਂ ਨੇ ਤੇ ਉਹਨਾਂ ਨੂੰ ਮੈਂ ਇਨਸਾਫ ਦੀ ਗੱਲ ਕਰ ਰਿਹਾ ਹਾਂ ਮਾਨ ਲੰਗ ਤੇ ਫਿਰ ਪਿੱਛੇ ਲੱਗੇ ਮੈਂ ਇਨਸਾਫ ਦੀ ਗੱਲ ਕਰ ਰਿਹਾ ਤੁਸੀਂ ਇਨਸਾਫ ਦਵਾਉਣ ਲਈ ਕੀ ਕੀਤਾ ਐਸਆਈਟੀ ਦਾ ਕੀ ਬਣਿਆ ਐਸਆਈਟੀ ਦੇ ਵਿੱਚ ਤੁਸੀਂ ਇੱਕ ਮੈਂਬਰ ਨਹੀਂ ਕੱਢ ਸਕਦੇ ਸਾਨੂੰ ਕਿੰਨਾ ਸਮਾਂ ਮਿਲਿਆ ਜ਼ਿਆਦਾਤਰ 4 ਸਾਲ ਹੋ ਗਏ ਤੁਹਾਨੂੰ ਮਾਨ ਲੰਗ 4 ਸਾਲ ਹੋ ਗਏ ਰੂਲਸ ਟਾਈ ਕਾਂਗਰਸ ਦਾ ਸ਼ਾਸਨ ਰਿਹਾ 1984 ਤੋਂ ਬਾਅਦ ਜ਼ਿਆਦਾਤਰ ਸਬੂਤ ਇਹਨਾਂ ਨੇ ਨਸ਼ਟ ਕਰਤੇ ਜ਼ਿਆਦਾਤਰ ਜਿਹੜੀਆਂ ਸੀਬੀਆਈ ਹੋਵੇ ਜਿੰਨੀਆਂ ਵੀ ਰਿਪੋਰਟਾਂ ਇਹਨਾਂ ਨੇ ਉਹਨਾਂ ਨੂੰ ਖਤਮ ਕਰਨ ਦਾ ਪ੍ਰਯਾਸ ਕੀਤਾ ਔਰ ਕਾਂਗਰਸ ਦੇ ਜਿਹੜੇ ਲੀਡਰ ਇਨਵੋਲਵ ਸੀ ਉਹਨਾਂ ਨੂੰ ਬਚਾਉਣ ਦਾ ਪ੍ਰਯਾਸ ਜਿਹੜੇ ਲੇਕਿਨ ਮੇਰੀ ਗੱਲ ਜਿਹੜੇ 46 ਕੇਸ ਆਰਐਸਐਸ ਦੇ ਵੀਡੀਓ ਦੇ ਵਿੱਚ ਬੋਲਦੇ ਹੋ ਤੁਸੀਂ ਜੀ ਲੇਕਿਨ ਕੇਪੀਜੀ ਗੱਲ ਇਹ ਆ ਗੱਲ ਇਹ ਆ ਜਵਾਬ ਮੈਨੂੰ ਸੰਤੁਸ਼ਟ ਨਹੀਂ ਕਰ ਸਕਿਆ ਤੁਸੀਂ ਪਤਾ ਕੀ ਹੈ ਕੇਪੀਜੀ ਤੁਸੀਂ ਵੀ ਟਾਰਗੇਟ ਕਰ ਰਹੇ ਨਹੀਂ ਟਾਰਗੇਟ ਨਹੀਂ ਮੈਂ ਕਹਿ ਰਿਹਾ ਨਹੀਂ ਕਰ ਮੈਂ ਇਹ ਕਹਿ ਰਿਹਾ ਤੁਸੀਂ ਟਾਰਗੇਟ ਇੱਕ ਮਰੇਗਾ ਦੇਸ਼ ਹੈ 10 ਮਰੇ ਬੀਜੇਪੀ ਦੀ ਰਾਜਨੀਤੀ ਸਭ ਤੋਂ ਵੱਧ 2012 13 ਚ ਮੌਬ ਲਿੰਚਿੰਗ ਨਾਲ ਮੌਤਾਂ ਕਾਮਰੇਡ ਰੂਲ ਸਟੇਟ ਤੱਕ ਹੋਈਆਂ ਅਸੀਂ ਉਹਨੂੰ ਵੀ ਸਪੋਰਟ ਨਹੀਂ ਕਰਦੇ ਜੋ ਹੋ ਰਿਹਾ ਗਲਤ ਹੋ ਰਿਹਾ ਇੱਕ ਨਿੱਕਾ ਜਿਹਾ ਜਵਾਬ ਲੇਕਿਨ ਇੱਕ ਪਾਰਟੀਕੂਲਰ ਪਾਰਟੀ ਨੂੰ ਤੁਸੀਂ ਕਿਵੇਂ ਟਾਰਗੇਟ ਕਰ ਸਕਦੇ ਹੋ ਨਿੱਕਾ ਜਿਹਾ ਜਵਾਬ ਦੇ ਦਿਓ ਕੀ ਪਹਿਲਾਂ ਕਦੀ ਸੁਪਰੀਮ ਕੋਰਟ ਨੂੰ ਇਸ ਤਰੀਕੇ ਨਾਲ ਤਕੜੇ ਤੌਰ ਤੇ ਕਹਿਣਾ ਪਿਆ ਕਿ ਤੁਸੀਂ ਮੌਬ ਲਿੰਚਿੰਗ ਦਾ ਕਾਨੂੰਨ ਬਣਾ ਕੇ ਲੈ ਕੇ ਆਓ ਹੁਣ ਇਹਦੇ ਵਿੱਚ ਹੈ ਕੌਣ ਹੈ ਮੌਬ ਲਿੰਚਿੰਗ ਦੇ ਪਿੱਛੇ ਕੌਣ ਹੈ ਮੈਨੂੰ ਇਸ ਸਵਾਲ ਦਾ ਜਵਾਬ ਚਾਹੀਦਾ ਬਹੁਤ ਸਪਸ਼ਟ ਜਵਾਬ ਦਿਓ ਮੈਨੂੰ ਹਾਂ ਮੌਬ ਲਿੰਚਿੰਗ ਦੇ ਪਿੱਛੇ ਸਾਡੇ ਲੋਕਤੰਤਰ ਦੀਆਂ ਜਿਹੜੀਆਂ ਜੜਾਂ ਖੋਖਲੀਆਂ ਹੋ ਰਹੀਆਂ ਉਹ ਹੈ ਨੌਕਰੀ ਨਾ ਮਿਲਣਾ ਨਿਆਂ ਚ ਦੇਰੀ ਨੌਕਰੀ ਨਾ ਮਿਲਣਾ ਨਿਆਂ ਚ ਦੇਰੀ ਲੇਕਿਨ ਨੌਕਰੀ ਨਾ ਮਿਲਣਾ ਨਿਆਂ ਚ ਦੇਰੀ ਨੂੰ ਵਰਤਣਾ ਆਪਣੀ ਸਿਆਸਤ ਵਾਸਤੇ ਮੌਬ ਬਣਦੀ ਹੈ ਤੁਸੀਂ ਹੱਲ ਲੱਭੋ ਤੁਸੀਂ ਨੇਸ਼ਨ ਦੇ ਤੌਰ ਦੇ ਉੱਤੇ ਦੇਖੋ ਇੱਕ ਫਰਜ਼ ਬਣਦਾ ਸਾਡਾ ਚੀਜ਼ਾਂ ਨੂੰ ਸਮਝਣ ਦਾ ਇਹ ਕੋਈ ਡਿਬੇਟ ਨਹੀਂ ਜਿੱਥੇ ਕੋਈ ਪਾਰਲੀਮੈਂਟ ਨਹੀਂ ਹੈਗੀ ਜਿੱਥੇ ਮੈਂ ਅਮਰਵਿੰਦਰ ਨੂੰ ਹਰਾਉਣਾ ਅਤੇ ਮਨਵਿੰਦਰ ਨੇ ਮਨਜੀਤ ਨੂੰ ਅਤੇ ਮਨਜੀਤ ਨੇ ਸੰਧੂ ਸਾਹਿਬ ਨੂੰ ਅਸੀਂ ਪੁਆਇੰਟ ਮਾਰਨੇ ਹਾਂ ਇਹ ਸਮੱਸਿਆ ਲੋਕਾਂ ਦੀ ਮੌਤ ਦੀ ਆ ਦੇਖਣਾ ਪੈਣਾ ਹੈ ਕਿ ਸਾਡੀ ਸਿਹਤ ਅਸੀਂ ਕਿੱਧਰ ਜਾ ਰਹੇ ਹਾਂ ਤੁਸੀਂ ਤੁਹਾਡਾ ਸਵਾਲ ਹੈ ਲੋਕਤੰਤਰ ਫੇਲ ਹੋ ਰਿਹਾ ਅਗਰ ਜੋ ਵੀ ਸਿਆਸਤ ਕਰਦਾ ਜਿਹੜਾ ਵੀ ਇਹਦੇ ਪਿੱਛੇ ਆ ਏ ਬੀ ਸੀ ਉਹ ਜਾਣ ਲਵੇ ਜਦੋਂ ਪਾਂਪੜ ਬਚਣੇ ਆ ਪਾਂਪੜ ਮਚਣੇ ਉਹ ਵੀ ਤਾਂ ਬਚੇਗਾ ਉਹ ਵੀ ਨਹੀਂ ਬਚੇ ਇਸ ਲਈ ਜ਼ਰੂਰਤ ਹੈ ਇਸ ਦੇਸ਼ ਨੂੰ ਮੁੜ ਕੇ ਉਹਨਾਂ ਕੁੰਦਰਾਂ 'ਚੋਂ ਕੁੰਦਰਾਂ 'ਚ ਤੱਕਣ ਦੀ ਨਹੀਂ ਜਿੱਥੇ 1000 ਸਾਲ ਪਹਿਲਾਂ ਗੁਲਾਮੀ ਚੱਕੀ 250 ਸਾਲ ਫਿਰ ਗੁਲਾਮੀ ਚੱਕੀ ਆ ਸਰਫਰੋਸ਼ੀ ਕੀ ਤਮੰਨਾ ਦੀ ਗੱਲ ਜਿਹੜੀ ਸੀ ਉਹ ਕਿੱਥੇ ਗਈ ਚੀਜ਼ ਆ ਅਸੀਂ ਕੀ ਕੀਤਾ ਬੋਤਲਾਂ ਦੇ ਡੱਕ ਪੱਟਣੇ ਉਹ ਅੱਗ ਤੁਰੀ ਜਾਂਦੀ ਹੈ ਸੜਕਾਂ ਦੇ ਉੱਤੇ ਅਸੀਂ ਕਦੀ ਕੁਛ ਕਰਦੇ ਹਾਂ ਅਸੀਂ ਆਪਣਾ ਕਲਚਰ ਖਰਾਬ ਕਰ ਲਿਆ ਸਿਸਟਮ ਖਰਾਬ ਕਰ ਲਿਆ ਸਾਨੂੰ ਬਾਰ ਬਾਰ ਜਦੋਂ ਕੋਰਟ ਕਹਿੰਦਾ ਸਟਰੋਂਗਲੀ ਇੱਦਾਂ ਹੋਣਾ ਚਾਹੀਦਾ ਤਾਂ ਕੋਰਟ ਦਾ ਵੀ ਉੱਥੇ ਲੋਕੀ ਮੰਨਣ ਨੂੰ ਤਿਆਰ ਨਹੀਂ ਹੈਗੇ ਸਰਕਾਰਾਂ ਅਫਸਰ ਸਾਰੇ ਜਾਣੇ ਉਹ ਕਹਿ ਰਹੇ ਕੀ ਹੋ ਰਿਹਾ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ ਸਿਸਟਮ ਜਿਨ੍ਹਾਂ ਨੇ ਖਰਾਬ ਕੀਤਾ ਹੈਗਾ ਉਹ ਦੁਹਾਈ ਇਹ ਦਿੰਦੇ ਹੈਗੇ ਕਿ ਸੂਬਾ ਸਰਕਾਰ ਜ਼ਿੰਮੇਵਾਰੀ ਹੈਗੀ ਹੈ ਠੀਕ ਹੈ ਉਹ ਜਿਹੜੀ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲੀ ਵਾਰ ਨਹੀਂ ਗ੍ਰਹਿ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸਮਿਆਂ ਤੋਂ ਹੁੰਦਾ ਇਹ ਹੈ ਕਿ ਤੁਸੀਂ ਜਦੋਂ ਜ਼ਿੰਮੇਵਾਰੀ ਦੀ ਗੱਲ ਹੁੰਦੀ ਆ ਤੁਸੀਂ ਆਪਣੀ ਬਾਲ ਅਗਰ ਦੇ ਕੋਰਟ 'ਤੇ ਸੁੱਟਦੇ ਆ ਤੁਸੀਂ ਸੱਟੀ ਜਾਓ ਪਰ ਮੌਤਾਂ ਹੋ ਰਹੀਆਂ ਨੇ ਅੱਗਾਂ ਲੱਗ ਰਹੀਆਂ ਨੇ ਤੁਹਾਡੇ ਇਹ ਕਹਿਣਾ ਕਿ ਸੂਬਾ ਸਰਕਾਰ ਜ਼ਿੰਮੇਵਾਰ ਨੇ ਸਮੱਸਿਆ ਘੱਟ ਨਹੀਂ ਰਹੀ ਇੱਕ ਦਿਨ ਆ ਜਾਏਗਾ ਲੋਕੀ ਤੁਹਾਨੂੰ ਫਿਰ ਇੱਕ ਦੂਜੇ ਨੂੰ ਨਹੀਂ ਜੇ ਹੁਣ ਇਹ ਦੇਸ਼ ਨੇ ਬਹੁਤ ਦੇਖਿਆ ਤੁਹਾਨੂੰ ਫਿਰ ਤੁਹਾਡੀਆਂ ਸਿਕਿਉਰਡ ਕੁਰਸੀਆਂ ਤੋਂ ਖਿੱਚ ਕੇ ਬਾਹਰ ਲਿਆਉਣਗੇ ਕੋਈ ਬਚੇਗਾ ਨਹੀਂ ਬਚਾਉਣ ਵਾਲਾ ਕਮਲਜੀਤ ਸਿੰਘ ਇਸ ਭੀੜ ਦੀ ਕੋਈ ਆਤਮਾ ਨਹੀਂ ਹੁੰਦੀ ਇਹ ਭੀੜ ਪਤਾ ਨਹੀਂ ਕਿੱਧਰ ਤੁਰ ਪੈਣੀ ਇਹਨਾਂ ਨੂੰ ਡਰ ਨਹੀਂ ਲੱਗਦਾ ਇਹਨਾਂ ਨੂੰ ਡਰ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਇਹ ਵਾਰ ਵਾਰ ਕਹਿ ਰਹੇ ਨੇ ਵੀ ਮੌਬ ਲਿੰਚਿੰਗਸ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਪਹਿਲਾਂ ਵੀ ਹੁੰਦੀਆਂ ਰਹੀਆਂ ਬਿਲਕੁਲ ਮੌਬ ਲਿੰਚਿੰਗਸ ਬੜੇ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਨੇ ਅੱਡ ਅੱਡ ਪਾਰਟੀਆਂ ਦੀਆਂ ਸਰਕਾਰਾਂ ਦੇ ਦੌਰਾਨ ਹੁੰਦੀਆਂ ਆ ਰਹੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਅੰਕੜਾ ਸਹੀ ਹੋ ਸਕਦਾ ਲੇਕਿਨ ਆਰਐਸਐਸ ਉਹ ਆਈਡੀਓਲੋਜੀ ਹੈ ਜਿਹਨੇ 2025 ਤੱਕ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਹਿੰਦੂਤਵ ਦੀ ਆਈਡੀਓਲੋਜੀ ਦੇ ਉੱਤੇ ਢਲਿਆ ਹੋਇਆ ਇੱਕ ਰਾਸ਼ਟਰ ਬਣਾਉਣ ਦਾ ਬਕਾਇਦਾ ਐਲਾਨੀਆਂ ਉਹਨਾਂ ਦਾ ਪ੍ਰੋਜੈਕਟ ਹੈ ਉਸ ਪ੍ਰੋਜੈਕਟ ਵਾਸਤੇ ਉਹਨਾਂ ਨੂੰ ਪੂਰੇ ਦੇਸ਼ ਦੇ ਅੰਦਰ ਇੱਕ ਬੜਾ ਵੱਡਾ ਜਿਹੜਾ ਸਿਵਲ ਵਾਰ ਦਾ ਐਟਮੋਸਫੇਅਰ ਹੈ ਉਹ ਉਹਨਾਂ ਦੀ ਲੋੜ ਹੈ
इस करके ये नर्चर करते हैं सिविल वॉर नू मेंटे बनाया जा रहा और सिविल वॉर के हजारा रूप साढ़े सामने आ रहे हैं वो अड्ड स्टेटा के सामने आने पिछले हिंदुत्व का एजेंडा बिल्कुल मैं ये कहना चाह रहा कि भीड़ तंत्र के पिछे आर एस एस का हिंदुत्व का एजेंडा है तो पोलीटिकल पार्टी जी राजसत्ता दे विच है वो बिल्कुल वो है जी उत्ते कंट्रोल है कंप्लीट आर एस एस का यह पहला भी होंदा रहा यह पहला भी होंदा रहा वख-वख पार्टियों के दौरान भी होंदा रहा लेकिन अज जो जिस इंटेंसिटी के नाल कि सुप्रीम कोर्ट नू कहना पै रहा है उन्होंने कहना पै रहा है ऑनरेबल सुप्रीम कोर्ट नू भी ये कुछ करे सरकार तो यह जी हालात पहुंची है यह सिविल वॉर जी बनाने की कोशिश कर रहे हैं 2025 नू टारगेट करके ये करके एक छोटा जिहा ब्रेक लैणा ब्रेक तो वापस आवांगे इस समस्या का कोई हल है जे हल है तो सिर्फ कानून बना हल निकल आएगा सवाल यह भी है कानून लागू कौन करेगा पहला कड़ा कानून नहीं है कि नवे कानून की जरूरत किन्नी हैगी है जे सुप्रीम कोर्ट ने यह गल कही हैगी है तो सियासत उस गल नूं समझदी किन्नी हैगी है जो साडी संसद साडा संविधान उस चीज़ नूं अगे किवें वधावेगा बहुत सारे सवाल है कि कातलां दी पीड़ दा आगू कौन है यह सारा कुछ वोटां लई तां नहीं कराया जाणा फिर तो वापस आ रहा ਪੀੜ੍ਹ ਵੱਲੋਂ ਕਤਲ ਕਰਨ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਤੰਤਰ ਨੂੰ ਕੀ ਚੁਣੌਤੀ ਦਿੱਤੀ ਹੈ ਰੁਣ ਕਿਰਮ ਜੀ ਆ ਰਿਹਾ ਮੈਂ ਤੁਹਾਡੇ ਕੋਲ ਆ ਰਿਹਾ ਤਾਰਸ ਸੰਧੂ ਜੀ ਜਿਹੜਾ ਹਿੰਦੂਤਵ ਦੀ ਗੱਲ ਇਹਨਾਂ ਨੇ ਕੀਤੀ ਹੈ ਜੀ ਮੈਂ ਉਸੇ ਸਵਾਲ 'ਤੇ ਆਊਂਗਾ ਤੁਹਾਡੇ ਲੀਡਰ ਸ਼ਸ਼ੀ ਥਰੂਰ ਕਹਿੰਦੇ ਹੈਗੇ ਆ ਕਿ ਹਿੰਦੂਤਵ ਤਾਲਿਬਾਨ ਦੇ ਰਾਹ 'ਤੇ ਤਾਂ ਨਹੀਂ ਤੁਰ ਰਿਹਾ ਉਹਨਾਂ ਨੇ ਸਵਾਲ ਪੁੱਛਿਆ ਹੈਗਾ ਉਸ ਸਵਾਲ ਦਾ ਜਵਾਬ ਹੈਗਾ ਕੋਈ ਦੇਖੋ ਹਿੰਦੂਤਵ ਇੱਕ ਕਨਸੈਪਟ ਹੈ ਉਹਨੂੰ ਉਹਦੀ ਜ਼ਿਆਦਾ ਇਸ ਕਨਸੈਪਟ ਦੀ ਵਰਤੋਂ ਕਰਕੇ बीजेपी ते आरएसएस दी आइडियोलॉजी नू उल्टा फायदा पहुँचाया अपोजिशन ने उन्होंने आम हिंदुओं के मन च भुलेखा खड़ा करता भी ये दूजिया पार्टियां तो हिंदुओं की विरोधता कर दी ये पिछे वापर चुका है एक दूजी गल जी ये है कि ये सारा जग जानता है कि बीजेपी और आरएसएस ये इन्हां दा एक धार्मिक एजेंडा है ਉਹ ਨਾ ਇਹ ਲੁਕਦੇ ਆ ਲੁਕਾਉਂਦੇ ਆ ਭਗਵੇਂ ਕਰਨ ਦਾ ਤੁਸੀਂ ਇਹਨਾਂ ਨੂੰ ਤਾਂ ਕਹਿੰਦੇ ਧਾਰਮਿਕ ਜੰਡਾ ਤੁਹਾਡਾ ਕੋਈ ਧਾਰਮਿਕ ਜੰਡਾ ਨਹੀਂ ਸਾਡਾ ਕੋਈ ਧਾਰ ਸਾਡੀ ਤਾਂ ਤੁਸੀਂ ਤੁਸੀਂ ਲੱਗ ਦਿਖਾਤਾ ਨਾ ਮੁਸਲਿਮ ਭਾਈਚਾਰੇ ਨਾਲ ਮੀਟਿੰਗਾਂ ਕਰਕੇ ਲੱਗ ਦਿਖਾਤਾ ਨਹੀਂ ਨਹੀਂ ਕੋਈ ਮਿਨੋਰਿਟੀ ਦੀ ਆਵਾਜ਼ ਨੂੰ ਸੁਣਨਾ ਇੱਕ ਹੋਰ ਚੀਜ਼ ਮਿਨੋਰਿਟੀ ਦੇ ਫਿਰ ਸਿੱਖ ਵੀ ਹੈ ਨਹੀਂ ਮਿਨੋਰਿਟੀ ਦੇ ਫਿਰ ਸਿੱਖ ਵੀ ਹੈ ਸਿੱਖਾਂ ਦੀ ਮਿਨੋਰਿਟੀ ਸਾਈ ਵੀ ਹੈ ਇੱਥੇ ਬਿਲਕੁਲ ਉਹਨਾਂ ਨਾਲ ਖੜਦੇ ਹੋ ਤੁਸੀਂ ਉਹਨਾਂ ਦੀ ਕਿਉਂ ਨਹੀਂ ਸਾਰਿਆਂ ਨਾਲ ਹੀ ਖੜਾਉਂਦੇ ਹਿੰਦੂਆਂ ਨਾਲ ਕਿ ਜਿੱਥੇ ਵੋਟ ਬੈਂਕ ਵੱਡਾ ਦੇ ਉੱਥੇ ਖੜਦੇ ਹੋ ਵੱਡਾ ਵੋਟ ਬੈਂਕ ਤਾਂ ਫਿਰ ਹਿੰਦੂਆਂ ਦਾ ਦੇਖੋ ਵੱਡਾ ਵੋਟ ਬੈਂਕ ਤਾਂ ਹਿੰਦੂਆਂ ਦਾ ਪਰ ਉੱਥੇ ਦੀ ਵਿਰੋਧ ਕਰ ਨਹੀਂ ਸਕਦੇ ਨਹੀਂ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਉਹ ਇਸ ਤਰੀਕੇ ਨਾਲ ਫਿਰਕਿਆਂ ਦਾ ਨਹੀਂ ਆ ਰਿਹਾ ਮਾਲਕਾਂ ਆ ਰਿਹਾ ਰੁਣ ਕੀ ਨਾਮ ਜੀ ਸਾਰੇ ਕਹਿੰਦੇ ਆ ਸੈਕੂਲਰ ਆ ਸੀ ਫਿਰ ਕੌਣ ਹੈ ਜਿਹੜਾ ਵਿਰੋਧ ਕਰਦਾ ਬਹੁਤ ਉਹ ਕਮਲਜੀਤ ਨੇ ਬੜਾ ਅੱਛਾ ਪੁਆਇੰਟ ਰੇਜ਼ ਕੀਤਾ ਸੀ ਦੇਖੋ ਤੁਸੀਂ ਇਸ ਸਮੱਸਿਆ ਨੂੰ ਸਮਝਣ ਵਾਸਤੇ ਇਹ ਡਿਬੇਟਾਂ 'ਚ ਟਾਈਮ ਨਹੀਂ ਹੁੰਦਾ ਦੋ ਤਿੰਨ ਮਿੰਟ ਇੱਕ ਸਕਿੰਟ ਲਵਾਂਗਾ ਜਿਹੜਾ ਭਾਰਤ ਹੈ ਉਹ ਸਾਊਥ ਏਸ਼ੀਆ ਦੇ ਵਿੱਚ ਹੈ ਜਿਹੜਾ ਦੱਖਣੀ ਸਾਡਾ ਇਹੋ ਏਸ਼ੀਆ ਉਹਦੇ 'ਚ ਹੈਗਾ ਸਾਊਥ ਏਸ਼ੀਆ ਦੇ ਵਿੱਚ ਪਾਕਿਸਤਾਨ ਨੇਪਾਲ ਸ਼੍ਰੀਲੰਕਾ ਬੰਗਲਾਦੇਸ਼ ਇਹ ਸਾਰੇ ਜਿਹੜੇ ਦੇਸ਼ ਨੇ ਇਹ ਧਰਮ ਨਾਲ ਜੁੜੇ ਹੋਏ ਦੇਸ਼ ਨੇ ਧਰਮ 'ਤੇ ਨਿਰਧਾਰਿਤ ਨੇ ਪਾਕਿਸਤਾਨ 'ਤੇ ਹੋਂਦ ਹੀ ਧਰਮ ਨਾਲ ਹੈਗੀ ਉਹਨਾਂ 'ਚ ਕੋਈ ਮੁਸਲਿਮ ਹੈ ਨੇਪਾਲ ਹਿੰਦੂ ਹੈ ਅਫਗਾਨਿਸਤਾਨ ਸਾਡੇ ਵਿੱਚ ਨਹੀਂ ਹੈਗਾ ਲੇਕਿਨ ਅਫਗਾਨਿਸਤਾਨ ਵੀ ਧਰਮ ਹੈ ਹੁਣ ਆਰ ਐਸ ਐਸ ਦਾ ਇਹ ਮੰਨਣਾ ਸੀਗਾ ਬੀਸ ਵਰਕਰ ਦਾ ਕਿ ਅਸੀਂ ਅਗਰ ਆਜ਼ਾਦੀ ਲੈਣੀ ਹੈ ਤਾਂ ਸਾਨੂੰ ਭਾਰਤ ਦੇ ਵਿੱਚ ਇੱਕ ਧਰਮ ਦੇ ਨਾਂ ਦੇ ਉੱਤੇ ਜਿਹੜਾ ਹਿੰਦੂ ਹੈਗਾ ਉਹਦੇ ਨਾਂ 'ਤੇ ਆਜ਼ਾਦੀ ਲੈਣੀ ਹੈ ਹੁਣ ਇੱਕ ਮਿੰਟ ਭਾਰਤ ਕੀ ਹੈ ਭਾਰਤ ਕੀ ਹੈ ਇਸ ਲਈ ਭਾਰਤ ਵਿੱਚ ਬਹੁਤ ਸਾਰੇ ਲੋਕ ਹੋਰ ਸਨ ਉਹ ਕਹਿੰਦੇ ਸਨ ਕਿ ਭਾਰਤ ਦੀ ਆਜ਼ਾਦੀ ਹਿੰਦੂ ਧਰਮ ਨਾਂ ਦੀ ਸੈਕੂਲਰਿਜ਼ਮ ਹੋਣੀ ਆ ਹੋਇਆ ਕਿ ਉਸ ਸਮੇਂ ਤੋਂ ਡਿਬੇਟ ਚੱਲੀ ਬਹਿਸ ਹੋਈ ਬਿਟਵੀਨ ਸੈਕੂਲਰ ਜਿਹਦੇ 'ਚ ਹਿੰਦੂ ਮੁਸਲਿਮ ਸਿੱਖ ਈਸਾਈ ਬੋਧੀ ਵੀ ਰਹਿ ਸਕਦਾ ਦੂਜੇ ਪਾਸੇ ਨਹੀਂ ਹਿੰਦੂ ਦੀ ਮੈਜੋਰਟੀ ਹੋਣੀ ਚਾਹੀਦੀ ਆ ਇਹ ਡਿਬੇਟ ਚੱਲੀ ਨਹਿਰੂ ਜਿਹੜਾ ਨਹਿਰੂਵੀਅਨਿਜ਼ਮ ਹੈਗਾ ਨਹਿਰੂਵਾਦ ਸੀਗਾ ਉਸੇ ਸੈਕੂਲਰਿਜ਼ਮ ਹੁਣ ਬਹੁਤ ਸਮੇਂ ਤੋਂ ਲੈ ਕੇ ਇਹ ਸ਼ਿਕਾਇਤਾਂ ਹੁੰਦੀਆਂ ਸੀ ਕਿ ਜਿਹੜਾ ਸੈਕੂਲਰਿਜ਼ਮ ਵੀ ਹੈ ਜੋ ਤੁਸੀਂ ਕਹਿੰਦੇ ਹੋ ਉਹਨੇ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਕਮਿਊਨਿਟੀਆਂ ਨੂੰ ਯੂਜ਼ ਕਰਕੇ ਦਵੇ ਸ਼ਬਦ ਜੋ ਪ੍ਰੋਫੈਸਰ ਮਨਜੀਤ ਜੀ ਨੇ ਕਿਹਾ ਯੂਜ਼ ਕੀਤਾ ਲੇਕਿਨ ਬੀਜੇਪੀ ਜਿਹੜੀ ਆ ਉਹ ਨੰਗੇ ਚਿੱਟੀ ਕਹਿੰਦੀ ਆ ਮੈਂ ਕਹਿੰਦਾ ਦੋਨੇ ਆਈਡੀਓਲੋਜੀਆਂ ਕਿ ਦੋਨੇ ਆਈਡੀਓਲੋਜੀਆਂ ਦੇ ਨੂੰ ਕਾਮਯਾਬ ਕਰਨ ਵਾਸਤੇ ਲੋਕਾਂ ਨੂੰ ਬੌਬ ਲਿੰਚਿੰਗ ਕਰਨਾ ਇਹ ਫਰਜ਼ ਬਣਦਾ ਤੁਸੀਂ ਆਪਣੀ ਵਿਚਾਰ ਰੱਖੋ ਓਪਨਲੀ ਕਹੋ ਪਰ ਇਸ ਆਈਡੀਓਲੋਜੀ ਉੱਤੇ ਲੋਕਾਂ ਦਾ ਕਤਲੇਆਮ ਕਰਨਾ ਦੇਸ਼ ਦਾ ਧੋਖਾ ਕਰਨਾ ਤੁਸੀਂ ਆਰ ਐਸ ਐਸ ਵਾਲੇ ਵੀ ਤੁਸੀਂ ਕਾਂਗਰਸ ਵਾਲੇ ਵੀ ਤੁਸੀਂ ਭਾਰਤ ਦੇ ਹਿਤਾਚੀ ਨਹੀਂ ਹੋ ਤੁਸੀਂ ਆਪਣੀ ਪਾਰਟੀ ਦੇ ਤੁਸੀਂ ਆਪਣੀ ਕੁਰਸੀ ਦੇ ਹਿਤਾਚੀ ਸਾਡਾ ਦੇਸ਼ ਧਰਮ ਨਿਰਪੱਖ ਹੈ ਸਾਡਾ ਦੇਸ਼ ਧਰਮ ਨਿਰਪੱਖ ਹੈ ਸੰਵਿਧਾਨ ਦੇ ਵਿੱਚ ਜਿਹਨਾਂ ਨੇ ਸੰਵਿਧਾਨ ਲਾਗੂ ਕਰਨਾ ਹੈ ਉਹ ਜੇ ਉਹਨਾਂ ਦੀ ਨੀਤੀ ਸਾਫ ਨਹੀਂ ਹੈਗੀ ਤਾਂ ਕਿੱਦਾਂ ਹੋਵੇਗਾ ਮੈਂ ਸੋਸ਼ੀਓਲੋਜੀਕਲ ਜਵਾਬ ਦਿੰਦਾ ਹੁਣ ਤੁਹਾਡਾ ਜਿਹੜਾ ਮੇਰਾ ਇੱਥੇ ਰੋਲ ਵੀ ਹੈਗਾ ਠੀਕ ਹੈ ਸਾਡੇ ਦੇਸ਼ ਦੇ ਨਾ ਸਮਾਜ ਦੇ ਅੰਦਰ ਇੱਕ ਨਫ਼ਰਤ ਪਹਿਲਾਂ ਹੀ ਹੈਗੀ
वो जातिगत हैगी है, धर्मां दे बेस ते भी है, वो पर सिमरिंग रहिंदी है थोड़ी 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 थोड़ी। राजनीतिक लोग जिवें रौनकी बार बार कहण की कोशिश कर रहा, उन्हूं भड़का के अपना वोट बैंक तैयार करते रहिंदे है, पर इस किस्म की नफरत नूं इस ओपनली मतलब रोज़ की खबर बना के और वीडियो ते पा पा के जिन्हों स्मिथ ने कहा कि यह ट्रॉफी है, ये ट्रॉफी के तौर पर पेश किया जा रहा एग्जैक्टली उस तरीके जिवें 1880 तो लैके 1930 तक अमरीका च कालिया कहिंदे सी ए रेपिस्ट आ ते मॉब लिंचिंग की 50 साल उन्हां दी, ए उन्हां नूं कहिंदे सीगे कि साडे डंगर चोरी करन वाले आ तां वी उन्हां दी मॉब लिंच, क्योंकि उत्थे ओह स्लेव एज ए स्लेव आए सीगे। ओहो ही अज साडे देश दे विच जातिगत हिंसा हो रही है, गौ रक्षकां दे नां दे उत्ते दूसरियां मिनोरिटी दे उत्ते हो रही है, इस चीज़ नूं मैनूं ये लगता कि ओहो ही एक रिपीट हो रहा। और इन्हों का एजेंडा की है कि देश नूं इन्ना क तरक्की पसंद करके 22वीं सदी च किवें बचाउणा, वो एजेंडा नहीं, 5000 पिछे नूं वैदिक पीरियड च किवें ले जाणा वो एजेंडा, ते ये ट्राइबलिज्म वर्गा इत्थे दा माहौल जिहड़ा पैदा जिवें ट्राइबल आपस विच लड़दे हुंदे सी उहो जिहा माहौल पैदा करके इन्हां ने देश दे विच रख दित्ता राजनीतिक लाभ लैण लई और अपना हिंदू राष्ट्र दा एजेंडा पूरा करन लई। मालवीय सिकंग, मैं हुण समस्या दे हल वल जाणा चाहुंदा, मैं को आखिरी हिस्से दे विच आ आपां मालवीय सिंह कंग, जदों देश पुछदा होवे कि सानू रुजगार किवें मिलेगा, साडा सानू पाणी किवें मिलेगा, उस देश नू जवाब ये दो कि नौकरी तैनू उदों मिल जूगी जो तू इन्ना पढ़ लेंगा, जे तू पढ़ लेंगा तेरा टेस्ट होगा तैनू इदां मिल जूगा, तुसीं ओह चीज़ां दस ही नहीं पए, तुसीं सिर्फ ये दसदे पए हो कि हिंदू मुस्लिम वोट बैंक की हैगा, सिखां दा वोट बैंक की हैगा, ईसाइयां दा वोट बैंक की हैगा, ये दसण दी लोड़ नहीं हैगी, अखीरले महीने दो महीने मिल जाणगे दस लिओ। मैं एक एक करके सारे जवाब दूंगा, जरा सीरियसली सुन गेपी जी, सब तो वध दंगे अज तक देश दे वंड तो बाद, देश दे आजाद होने तो बाद सब तो वध दंगे कांग्रेस रूल च होए, सब तो वध कांग्रेस टाइम च होए, सब तो वध टाइम कांग्रेस ने रूल किया, सब तो वध सीएम कांग्रेस दे स्टेटां च रहे, मैं जिहड़ा आंकड़ा रख्या सब तो वध मॉब लिंचिंग पिछले 12 सालां च कामरेड रूल स्टेट कर गया, फिर तुसीं पिछे चले सुन लो, तुसीं पिछे चले गए, फिर मैं एक मालवीय कंग तुसीं किस तरह कह दोगे भी असीं इहदे लई, मालवीय कंग मेरा सवाल होर सीगा, तुसीं उहनूं क्यों लिया, नहीं नहीं मैं तुहानूं सवाल इह कर रिहा कि तुसीं लोकां नूं इह दस्सो कि असीं करन की जा रहे तुहाडे लई, असीं ते असीं देश मुद्दियां दी राजनीति करो ना, मेरी गल सुनो, मेरा जवाब देना ते बनदा है ना, हां दो तुसी ए, मैं आरोप लगवा के चुप करके, तुसी ए गल्ला पहला भी कह चुके हो ना, मैं गल नहीं कही, मैं प्रोफेसर मनजीत सिंह ने तो थोपता भी जो हो रहा, मेरे कामरेड साथी ने भी कहता भी मॉब लिंचिंग जिन्नी हुई बीजेपी दे होने तो बाद हुई, ज्यादा पता लग मुल्क मोदी देश की छेवीं सब तो वड्डी दुनिया की सब तो वड्डी आर्थिक शक्ति बनी है साडे टाइम बनी है, किसानों वास्ते सब तो वध एमएसपी असी लेके, असी अपने एजेंडे डिवेलपमेंट के एजेंडे ते काम करना चाहते हैं, लेकिन सो कॉल्ड जेड़े आ प्रोफेसर मनजीत सिंह वर्गे इंटलैक्चुअल ਉਹ ਸਾਨੂੰ ਪਟਕਾਉਣਾ ਚਾਹੁੰਦੇ ਆ, ਜਿਹੜਾ ਕਈ ਥਾਵਾਂ ਤੇ ਮੌਜੂਦ ਆ, ਜਿਹੜਾ ਪ੍ਰੋਫੈਸਰ ਅਨਦਰ ਇੱਕ ਡੇਂਜਰਸ ਪ੍ਰਚਾਰ ਹੈ, ਮੇਰੀ ਗੱਲ ਸੁਣ ਲੈ, ਆਪਣੀ ਆਪਣੀ ਗੱਲ ਪੂਰੀ ਕਰ ਲੈ, ਜਿੱਥੇ ਤੱਕ ਸੋਸ਼ਲ ਮੀਡੀਆ ਦੀ ਗੱਲ, ਮੈਂ ਆਪਣੀਆਂ ਦੋ ਐਕਸਪੀਰੀਅੰਸ ਦੱਸ ਦਿੰਦਾ ਤੁਹਾਨੂੰ, ਪਿੱਛੇ ਜੇ ਇੱਕ ਅਫਵਾਹ ਫੈਲੀ ਸੀ ਹੇਮਕੁੰਟ ਜਾ ਰਹੇ ਸਿੱਖ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਦੀਆਂ ਮੋਟਰਸਾਈਕਲਾਂ ਤੋਂ ਨਿਸ਼ਾਨ ਸਾਹਿਬ ਦੇ ਝੰਡੇ ਉਖਾੜੇ ਗਏ, ਅਸਲੀ ਗੱਲ ਕੀ ਨਿਕਲੀ, ਉਹਨਾਂ ਨੇ ਮੁੰਡੇ ਕੀ ਕਰਦੇ ਸੀ ਨਿਸ਼ਾਨ ਸਾਹਿਬ ਦੇ ਜਿਹੜੇ ਡੰਡਿਆਂ 'ਚ ਪਾ ਕੇ ਨਾ ਝੰਡੇ ਉਹ ਮੋਟਰਸਾਈਕਲ ਸਾਈਡਾਂ 'ਤੇ ਲਾ ਕੇ ਚਲਾਉਂਦੇ, ਉਹਨਾਂ ਨਾਲ ਐਕਸੀਡੈਂਟ ਹੋਏ और वेरीफाई हुई, सरकार बीजेपी की सी, प्रोफेसर साहब वर्गे और कामरेडा ने फटाफट मुद्दा चुकता, एक होर बड़ी वड्डी गल पंजाब एंड हरियाणा हाई कोर्ट ना रिलेटेड हुई, आखे जी नाराज करेगा खालसा आ की रहे ना कोई, रोक बीजेपी ने लगवाती है चंडीगढ़ हाई कोर्ट, वो अफवाह निकली, ये सोशल मीडिया ते अफवाह फैल फैलदियां, ये भी एक रोल है, ये भी एक रोल है, लेकिन मॉब लिंचिंग नु असी सपोर्ट नहीं करदे, ये क्राइम है, इन्हां नु सजा मिलनी चाहिए, इहदी सपोर्ट दी मैं छोटी जी उदाहरण दिंदा, कोई नहीं एक डॉक्टर साहब कहदे मां असी कि बना रहे पैसा एक बना रहे प्रोफेसर साहब, आ रहे आ देखो 12 ਸਾਲਾਂ ਚ 3000 ਮੌਤਾਂ ਹੋ ਗਈਆਂ, 27 ਸਿਵਲ ਰਿਟਾਇਰਡ ਸਿਵਲ ਸਰਵੈਂਟ ਨੇ ਓਪਨ ਲੈਟਰ ਪ੍ਰਾਈਮ ਮਿਨਿਸਟਰ ਨੂੰ ਜਨਵਰੀ ਦੇ ਮਹੀਨੇ ਲਿਖੀ ਆ, ਮੈਂ ਐਚਆਰਬੀ ਦੀ ਰਿਪੋਰਟ ਰੱਖ ਰਿਹਾ, ਹੋਰਿਆ ਕਦੀ ਹੋਇਆ ਮੈਂ ਐਚਆਰਬੀ ਦੀ ਰਿਪੋਰਟ ਰੱਖ ਰਿਹਾ, 12 ਸਾਲਾਂ ਚ 2097 ਮੌਤਾਂ ਮੈਂ ਬਿਲਕੁਲ ਕਹਿਣਾ ਚਾਹੁੰਦਾ ਰੂਲ ਸਟੇਟਾਂ ਚ, ਮੈਂ ਬਿਲਕੁਲ ਇੱਕ ਗੱਲ ਨਿੱਕੀ ਜੀ ਕਹਿਣਾ ਚਾਹੁੰਦਾ ਫਟਾਫਟ, ਕਿ ਜਿਹੜੀ ਗੱਲ ਹੁਣੇ ਇਹਨਾਂ ਨੇ ਕਹੀ ਹੈ ਨਾ ਕਿ ਸੋ ਕਾਲਡ ਇੰਟੈਲੈਕਚੁਅਲਸ ਸੋ ਕਾਲਡ ਕਾਮਰੇਡ
ਇਹ ਮੌਬ ਲਿੰਚਿੰਗ ਦਾ ਬੇਸਿਸ ਬਣ ਰਹੀਆਂ ਨੇ ਗੱਲਾਂ। ਤੁਸੀਂ ਇੱਥੋਂ ਟੀਵੀ ਦੇ ਉੱਤੇ ਬੈਠ ਕੇ ਜਦੋਂ ਇੰਟੈਲੈਕਚੁਅਲਸ ਦੇ ਖਿਲਾਫ ਬੋਲਣਾ ਸ਼ੁਰੂ ਕਰਦੇ ਹੋ, ਉਸ ਤੋਂ ਬਾਅਦ ਇੰਟੈਲੈਕਚੁਅਲ ਉਹ ਬੜਾ ਕੱਲਾ ਆਦਮੀ ਹੁੰਦਾ, ਉਹਨੂੰ ਤੁਹਾਡੇ ਦਲਾਂ ਦੀ ਭੀੜ ਜਿਹੜੀ ਹੈਗੀ ਉਹ ਘੇਰ ਕੇ ਮਾਰਦੀ ਹੈ ਕਿ ਇਹ ਆ ਦੇਸ਼ ਵਿਰੋਧੀ। ਤਾਰਾ ਸੰਧੂ ਇਹ ਮਾਹੌਲ ਬਣਾ ਦਿੱਤਾ ਗਿਆ। ਤਾਰਾ ਸੰਧੂ ਸੱਤਾ ਦਾ ਨਸ਼ਾ ਇੰਨਾ ਜ਼ਿਆਦਾ ਹੋ ਜਾਂਦਾ ਕਿ ਅਸੀਂ ਕਿਸੇ ਨੂੰ ਵੀ ਸੋ ਕਾਲਡ ਕਹਿ ਦਈਏ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਕਾਂਗਰਸ ਸਾਹਿਬ ਬਣਾ ਰਹੇ ਨਾ ਥਿਉਰੀ ਕਿ ਵੀ ਜਿਹੜੀ ਮੌਬ ਲੰਚਿੰਗ ਨੂੰ ਉਤਸ਼ਾਹਿਤ ਕਰਨ ਲਈ ਰੂਲਿੰਗ ਪਾਰਟੀ ਹੋਣਾ ਕੋਈ ਜ਼ਰੂਰੀ ਨਹੀਂ, ਉਹ ਇੱਕ ਆਈਡੀਆਲੋਜੀ ਹੈ। ਲਾਅ ਐਂਡ ਆਰਡਰ ਕਿਹਨੇ ਦੇਖਿਆ? ਇੱਕ ਮਿੰਟ ਸੁਣੋ, ਨੰਬਰ 2 'ਤੇ ਦੂਸਰਾ ਹੈਗਾ ਕਿ ਉਸ ਆਈਡੀਆਲੋਜੀ ਨੂੰ ਪੂਰਾ ਕਰਨ ਲਈ ਬਣਾਈ ਹੋਈ ਔਰਗੇਨਾਈਜੇਸ਼ਨ ਅਤੇ ਉਹਦੇ ਵੱਲੋਂ ਲਾਂਚ ਕੀਤਾ ਹੋਇਆ ਪ੍ਰੋਗਰਾਮ। ਇੱਕ ਸਾਡਾ ਦੇਸ਼ ਰਿਲੀਜੀਅਸ ਮਾਈਂਡਡ ਦੇਸ਼ ਹੈ, ਇਹ ਕਾਫੀ ਡੀਪ ਰੂਟਡ ਹੈ, ਇੱਥੇ ਜਦੋਂ ਇਹੋ ਜਿਹੀਆਂ ਚੀਜ਼ਾਂ ਤਾਂ ਅਪੋਜੀਸ਼ਨ 'ਚ ਬੈਠ ਕੇ ਵੀ ਕੀਤੀਆਂ ਜਾ ਸਕਦੀਆਂ। ਆਨਾ ਬੜਾ ਥਿਉਰੀ ਵਕਤ ਇਹਨਾਂ ਗਿਆ। ਬਹੁਤ ਧੰਨਵਾਦ ਤੁਹਾਡਾ ਸਾਰਿਆਂ, ਮਹਿਮਾਨਾਂ ਦਾ, ਪ੍ਰਸਮਨਜੀਤ ਸਿੰਘ ਤੁਹਾਡਾ, ਮਾਲਵਿੰਦਰ ਕੰਗ ਤੁਹਾਡਾ, ਤਾਰਾ ਸੰਧੂ ਤੁਹਾਡਾ, ਕਮਲਜੀਤ ਸਿੰਘ ਤੁਹਾਡਾ, ਬਹੁਤ ਧੰਨਵਾਦ। ਅਤੇ ਸਵਾਲ ਬਹੁਤ ਸਾਰੇ ਪੁੱਛੇ ਗਏ, ਕਾਤਲਾਂ ਦੀ ਪੀੜ ਦਾ ਆਗੂ ਕੌਣ ਹੈ? ਇਸ ਸਰਕਾਰ ਨੂੰ ਪੁੱਛੋ ਜ਼ਰੂਰ ਕਿ ਸਾਨੂੰ ਨੌਕਰੀ ਕਦੋਂ ਮਿਲੇਗੀ, ਸਾਡਾ ਰੁਜ਼ਗਾਰ ਕਦੋਂ ਦਿੱਤਾ ਜਾਵੇਗਾ, ਸਾਡੇ ਪਿੰਡ ਦੇ ਵਿੱਚ ਵਿਕਾਸ ਦਾ ਪਹੀਆ ਕਦੋਂ ਚੱਲੇਗਾ। ਇਸ ਸਰਕਾਰ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿਉ। ਵੋਟਾਂ ਆਉਣ ਵਾਲੀਆਂ, ਵੋਟਾਂ ਦੇ ਵਿੱਚ ਇਹਨਾਂ ਮੁੱਦਿਆਂ ਦੇ ਵਿੱਚ ਤੁਹਾਨੂੰ ਉਲਝਾਇਆ ਜਾਵੇਗਾ। ਮੈਂ ਤੁਹਾਨੂੰ ਇੱਥੋਂ ਤਾਕੀਦ ਕਰਦਾ ਹੈਗਾ ਕਿ ਤੇ ਸਰਕਾਰ ਲੋਕਤੰਤਰ ਦੀ ਥਾਂ ਪੀੜਤੰਤਰ 'ਤੇ ਵਿਸ਼ਵਾਸ ਨਾ ਕਰਨ ਲੱਗ ਪਵੇ। ਇਹ ਤੁਹਾਡੀ ਜ਼ਿੰਮੇਵਾਰੀ, ਇਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿਉ। ਮੈਂ ਤਾਂ ਪੁੱਛਿਆ ਕਰਾਂਗਾ ਜ਼ਰੂਰ, ਕਿਉਂਕਿ ਮੈਂ ਹਿੰਦੂ, ਮੁਸਲਿਮ, ਸਿੱਖ, ਈਸਾਈ ਇਸ ਡਿਬੇਟ ਵਿੱਚ ਨਹੀਂ ਪੈਣਾ ਚਾਹੁੰਦਾ ਗਾ। ਮੈਂ ਸਵਾਲ ਪੁੱਛੂੰਗਾ ਕਿ ਸਾਡੇ ਯੂਥ ਨੂੰ ਨੌਕਰੀ ਕਦੋਂ ਮਿਲੇਗੀ। ਇਹ ਸਵਾਲ ਅੱਜ ਨਹੀਂ, ਵਾਰ ਵਾਰ ਪੁੱਛੂੰਗਾ। ਬਹੁਤ ਧੰਨਵਾਦ।